वाहिगुरु जी का खालसा, वाहिगुरु जी की फतेह। सतसंग जी, अज असी साडी संडे स्पैशल टॉक दे विच असी गल करांगे व्हाट इज कलयुग, भी कलयुग की है। जदों भी असी गुरबाणी विच ध्यान मारदे हां कि वी गुरु पातशाह जी ने समय नूं किस तरह मतलब कि डिवाइड किया आ, ते फिर सानू पता लगता कि भी सारा समा गुरु पातशाह जी ने सानू इको जिहा दस्सिया आ, सारा समा इको जिहा आ। उत्थे बदलदा कौन आ? जो अज साडे कोल टाइम पीस है जां साडे कोल वॉच ने, उहदी क्रिएशन किस तरह होई, उह किस तरह पैदा होए, कि गुरु पातशाह जी दे समय भी इह चीज़ां सन, गुरु पातशाह जी किस तरह समय नूं वेखदे सन। अज साडे कोल पंछी भी ने, ਉਹ ਜਦੋਂ ਵੀ ਦਿਨ ਢਲਦਾ ਆ ਉਸੇ ਹੀ ਸਮੇਂ ਦੌਰਾਨ ਜਿਹੜਾ ਆ ਉਹ ਆਪਣੇ ਘਰਾਂ ਦੇ ਵਿੱਚ, ਆਪਣੇ ਆਲਣਿਆਂ ਵਿੱਚ, ਨੈਸਟ ਵਿੱਚ ਜਿਹੜੇ ਆ ਉਹ ਚਲੇ ਜਾਂਦੇ ਨੇ, ਉੱਥੇ ਆਰਾਮ ਕਰਦੇ ਨੇ ਜਾ ਕੇ। ਅਸੀਂ ਵੀ ਆਪਣੇ ਵਾਚ ਨੂੰ ਦੇਖ ਕੇ, ਆਪਣੇ ਟਾਈਮ ਪੀਸ ਨੂੰ ਦੇਖ ਕੇ ਸਮੇਂ ਦੇ ਅਨੁਸਾਰ ਅਸੀਂ ਚੱਲਦੇ ਹਾਂ। ਪਰ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਅਸਲ ਦੇ ਵਿੱਚ ਸਮਾਂ ਹੈ ਕੀ, ਤੂੰ ਕਿਹੜੇ ਸਮੇਂ ਦੇ ਵਿੱਚ ਜੀ ਰਿਹਾ ਆ। ਤੂੰ ਸਤਯੁਗ ਵਿੱਚ ਜੀ ਰਿਹਾ ਆ, ਕਲਯੁਗ ਵਿੱਚ ਜੀ ਰਿਹਾ ਆ, ਤ੍ਰੇਤੇ ਵਿੱਚ ਜੀ ਰਿਹਾ ਆ, ਜਾਂ ਦੁਆਪਰ ਵਿੱਚ ਜੀ ਰਿਹਾ ਆ। ਜਦਕਿ ਗੁਰਬਾਣੀ ਜਿਹੜੀ ਆ ਉਹ ਇੱਕੋ ਸਮੇਂ ਦੀ ਗੱਲ ਕਰਦੀ ਆ, ਉਹ ਅਸੀਂ ਅੱਜ ਦੇ ਟੌਕ ਦੇ ਵਿੱਚ ਕਰਾਂਗੇ। ਇਹ ਜਿਹੜੀਆਂ ਚਾਰ ਅਵਸਥਾਵਾਂ ਨੇ, ਪਹਿਲਾਂ ਅਸੀਂ ਇਹਦੇ ਬਾਰੇ, ਇਹਦੀ ਜਿਹੜੀ ਮੀਨਿੰਗ ਆ ਵਟ ਇਜ਼ ਕਲਯੁਗ, ਉਹਦੇ ਬਾਰੇ ਅਸੀਂ ਪਤਾ ਕਰ ਲਈਏ ਕਿ ਜਿਹੜੇ ਸਾਡੇ ਗ੍ਰੰਥ ਨੇ ਉਹ ਇਹਦੇ ਬਾਰੇ ਕੀ ਆਖਦੇ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜੀ ਕਲਯੁਗ ਮੀਨਿੰਗ ਦੀ, ਵੀ ਮੀਨਿੰਗ ਕੀ ਆ। ਜਦੋਂ ਅਸੀਂ ਕੋਸ਼ ਦੇਖਦੇ ਹਾਂ ਭਾਈ ਕਾਨ ਸਿੰਘ ਨਾਭਾ ਦਾ, ਜਾਂ ਅਸੀਂ ਡਾਕਟਰ ਰਤਨ ਸਿੰਘ ਜੱਗੀ ਦੇ ਕੋਸ਼ ਦੇਖਦੇ ਹਾਂ, ਉਹ ਵਿੱਚ ਦੱਸਦੇ ਨੇ ਕੱਲ ਦੇ ਅਰਥ ਜਿਹੜੇ ਆ ਉਹਨੂੰ ਅਗਲਾ ਦਿਨ ਵੀ ਆਖਿਆ ਗਿਆ ਆ, ਤੇ ਆਉਣ ਵਾਲਾ ਦਿਨ ਵੀ ਆਖਿਆ ਗਿਆ ਆ। ਜਾਂ ਅਸੀਂ ਕਹਿ ਦਿੰਦੇ ਹਾਂ ਮੈਂ ਤੁਹਾਨੂੰ ਕੱਲ ਮਿਲਾਂਗਾ, ਆਈ ਵਿਲ ਮੀਟ ਯੂ ਟਮਾਰੋ, ਅਸੀਂ ਆਖਦੇ ਹਾਂ ਕਿਸੇ ਨੂੰ। ਤੇ ਯੁੱਗ ਦਾ ਅਰਥ ਜਿਹੜਾ ਹੁੰਦਾ ਆ ਉਹ ਸਮਾਂ, ਕੱਲ ਯੁੱਗ, ਆਉਣ ਵਾਲਾ ਸਮਾਂ। ਵੈਸੇ ਆਮ ਆਖਿਆ ਜਾਂਦਾ ਹੈ ਵੀ ਕਲਯੁਗ ਉਹਨੂੰ ਵੀ ਆਖਿਆ ਜਾਂਦਾ ਜਿਹੜਾ ਪੁਰਾਣਾ ਸਮਾਂ ਨਿਕਲ ਗਿਆ। ਕਈ ਉਹਨੂੰ ਸਤਯੁਗ ਵੀ ਆਖਦੇ ਆ, ਕਈ ਦੁਆਪਰ ਵੀ ਆਖਦੇ ਨੇ, ਤੇ ਕਈ ਤ੍ਰੇਤਾ ਵੀ ਆਖਦੇ ਨੇ। ਪਰ ਇੱਥੇ ਜਦੋਂ ਅਸੀਂ ਕੋਸ਼ ਦੇਖਦੇ ਹਾਂ ਉਹਦੇ ਵਿੱਚ ਮੀਨਿੰਗ ਹੋ ਜਾਂਦਾ ਆ ਕੱਲ ਦਾ ਮੀਨਿੰਗ, ਜਿਹੜਾ ਆਉਣ ਵਾਲਾ ਅਗਲਾ ਦਿਨ, ਕੱਲ ਅਗਲਾ ਆਉਣ ਵਾਲਾ ਪਲ ਵੀ ਹੋ ਸਕਦਾ ਆ, ਅਗਲਾ ਆਉਣ ਵਾਲਾ ਜਿਹੜਾ ਮੂਮੈਂਟ, ਅਗਲਾ ਆਉਣ ਵਾਲਾ ਇੱਕ ਘੰਟਾ, ਇੱਕ ਆਉਣ ਵਾਲਾ ਜਿਹੜਾ ਆ ਉਹ ਕੁਛ ਵੀ ਹੋ ਸਕਦਾ ਆ, ਕਿਉਂਕਿ ਸਮਾਂ ਬਦਲ ਰਿਹਾ ਨਾ। ਇੱਥੇ ਅਸੀਂ ਇਹ ਵੀ ਵਿਚਾਰਨਾ ਆ, ਸਮਾਂ ਬਦਲ ਰਿਹਾ ਆ, ਇਨਸਾਨ ਬਦਲ ਰਿਹਾ ਆ, ਕਿਉਂਕਿ ਸਮਾਂ ਤਾਂ ਉਸੇ ਤਰ੍ਹਾਂ ਹੀ ਖਲੋਤਾ ਆ, ਜੋ ਪਹਿਲਾਂ ਸੀ ਅੱਜ ਵੀ ਉਹੀ ਸਮਾਂ ਹੈ। ਉੱਥੇ ਬਦਲਿਆ ਕੌਣ, ਇਨਸਾਨ ਕਿ ਸਮਾਂ? ਕਲ ਯੁੱਗ ਆਇਆ, ਦੁਆਪੁਰ ਆਇਆ, ਸਤਯੁੱਗ ਆਇਆ, ਤ੍ਰੇਤਾ ਆਇਆ, ਕਿਹੜਾ ਯੁੱਗ ਆਇਆ, ਕਿਹੜੇ ਸਮੇਂ ਆਇਆ, ਕਦੋਂ ਆਇਆ, ਕਿਹੜੇ ਗੁਰੂ ਪਾਤਸ਼ਾਹ ਦੇ ਸਮੇਂ ਆਇਆ, ਕਿਹੜੇ ਰਾਜੇ ਦੇ ਸਮੇਂ ਆਇਆ, ਕਿਹੜੇ ਲੋਕਾਂ ਦੇ ਸਮੇਂ ਆਇਆ, ਇਹਦੇ ਬਾਰੇ ਅਸੀਂ ਅੱਜ ਸਤਸੰਗ ਜੀ ਆਪ ਜੀ ਨਾਲ ਗੱਲ ਕਰਨੀ ਹੈ। ਪਰ ਜਦੋਂ ਅਸੀਂ ਕਲਯੁੱਗ ਦੇ ਪ੍ਰੋਪਰ ਦੋਨੇ ਸ਼ਬਦਾਂ ਨੂੰ ਮਿਲਾ ਕੇ ਅਸੀਂ ਇਹਦੇ ਅਰਥ ਕਰਦੇ ਹਾਂ ਨਾ, ਜਦੋਂ ਅਸੀਂ ਹਿੰਦੂਇਜ਼ਮ ਦੇ ਗ੍ਰੰਥ ਪੜ੍ਹਦੇ ਹਾਂ, ਉਹਨਾਂ ਦੀ ਵਿੱਚ ਪੜ੍ਹਦੇ ਹਾਂ, ਉਹ ਕਹਿੰਦੇ ਵੀ ਉਹਨਾਂ ਦੀ ਸ੍ਰਿਸ਼ਟੀ ਜਿਹੜੀ ਆ ਉਹਦੇ ਵਿੱਚ ਲਿਖਿਆ ਗਿਆ ਆ ਦੀ ਉਹ ਆਰੰਭਤਾ ਜਿਹੜੀ ਆ ਉਹ ਚਾਰ ਯੁੱਗਾਂ ਦੇ ਵਿੱਚ ਵੰਡੀ ਹੋਈ ਆ, ਚਾਰ ਯੁੱਗਾਂ ਦੇ ਸਮੇਂ ਜਿਹੜੀ ਹੋਈ ਆ ਉਹਨਾਂ ਦੀ ਸ੍ਰਿਸ਼ਟੀ ਨੂੰ ਜਿਹੜਾ ਆ ਉਹਨਾਂ ਦਾ ਆਰੰਭ ਜਿਹੜਾ ਆ ਉਹ ਦੱਸਿਆ ਜਾਂਦਾ ਹੈ ਕਿ ਚਾਰ ਯੁੱਗਾਂ ਦੇ ਵਿੱਚ ਵੰਡਿਆ ਗਿਆ ਆ, ਜਿਹਨੂੰ ਸਤਯੁੱਗ ਆਖਦੇ ਆ, ਤ੍ਰੇਤਾ ਆਖਦੇ ਆ, ਦੁਆਪਰ ਆਖਦੇ ਆ, ਤੇ ਕਲਯੁੱਗ ਆਖਦੇ ਆ। ਅਸਲ ਚ ਇਹ ਹੈ ਕੀ ਨੀ, ਸਤਯੁੱਗ ਕੀ ਆ, ਤ੍ਰੇਤਾ ਕੀ ਆ, ਦੁਆਪਰ ਕੀ ਆ, ਤੇ ਕਲਯੁੱਗ ਕੀ ਆ। ਤੇ ਅੱਜ ਦਾ ਜਿਹੜਾ ਸਮਾਂ ਸਾਡਾ ਚੱਲ ਰਿਹਾ ਆ ਅਸੀਂ ਕਹਿੰਦੇ ਹਾਂ ਇਹ ਕਲਯੁੱਗ ਚੱਲ ਰਿਹਾ ਆ। ਅਸੀਂ ਅੱਗੇ ਜਾ ਕੇ ਸਤਸੰਗ ਜੀ ਇਹਦੇ ਬਾਰੇ ਕਲੀਅਰ ਕਰਨਾ ਆ ਪੂਰਾ, ਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ, ਗੁਰੂ ਪਾਤਸ਼ਾਹ ਜੀ ਦਾ ਇਤਿਹਾਸ, ਤੇ ਸਾਡਾ ਜਿਹੜਾ ਪ੍ਰੈਜੈਂਟ ਟਾਈਮ ਆ ਉਹ ਸਾਨੂੰ ਕਿਸ ਤਰ੍ਹਾਂ ਦੱਸਦਾ ਕਿ ਕਲਯੁੱਗ ਕੀ ਆ। ਓਕੇ, ਸਾਡੇ ਅਸੀਂ ਕੁਛ ਵੀ ਹੁੰਦਾ ਅਸੀਂ ਕਹਿੰਦੇ ਹਾਂ ਲੈ ਕਲਯੁੱਗ ਆ ਗਿਆ, ਕਲਯੁੱਗ ਗਿਆ ਕਿੱਥੇ ਸੀ, ਕਲਯੁੱਗ ਆਇਆ ਕਿੱਥੋਂ ਹੈ, ਕਲਯੁੱਗ ਦੀ ਕ੍ਰੀਏਸ਼ਨ ਕਿਸਨੇ ਕੀਤੀ ਹੈ, ਕਲਯੁੱਗ ਦੀ ਕ੍ਰੀਏਸ਼ਨ ਗੁਰੂ ਪਾਤਸ਼ਾਹ ਨੇ ਕੀਤੀ ਹੈ, ਕਲਯੁੱਗ ਦੀ ਕ੍ਰੀਏਸ਼ਨ ਕਿਸ ਮਹਾਂਪੁਰਸ਼ ਨੇ ਕੀਤੀ ਹੈ। ਗੁਰੂ ਪਾਤਸ਼ਾਹ ਕਹਿੰਦੇ ਤੈਨੂੰ ਪਤਾ ਹੋਣਾ ਚਾਹੀਦਾ ਆ, ਕਿੰਨਾ ਸਮਾਂ ਹੋ ਗਿਆ ਤੈਨੂੰ ਧਰਤੀ ਤੇ ਆਇਆ, ਅੱਜ ਤੱਕ ਤੈਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਕਲਯੁੱਗ ਹੈ ਕੀ, ਕਲਯੁੱਗ ਦੀ ਕ੍ਰੀਏਸ਼ਨ ਕਿਸਨੇ ਕੀਤੀ, ਕਲਯੁੱਗ ਕਿੱਥੇ ਰਹਿੰਦਾ ਆ, ਕਲਯੁੱਗ ਦਾ ਕਿੱਥੇ ਮਕਾਨ ਆ, ਕਿੱਥੇ ਉਹਦੀ ਜਿਹੜੀ ਆ ਅਕੋਮੋਡੇਸ਼ਨ ਆ। ਗੁਰਬਾਣੀ ਕਹਿੰਦੀ ਇਸ ਕਲਯੁੱਗ ਮੈਂ ਕਰਮ ਧਰਮ ਨਾ ਕੋਈ, ਗੁਰਬਾਣੀ ਤਾਂ ਕਹਿੰਦੀ ਇਹਦੇ ਵਿੱਚ ਕਲਯੁੱਗ ਹੈ ਹੀ ਨਹੀਂ।
ਅਸੀਂ ਕਰਮ ਕਰਦੇ ਹਾਂ, ਅਸੀਂ ਧਰਮ ਕਮਾਉਂਦੇ ਹਾਂ ਕਿ ਉਹ ਕਲਯੁਗ ਦੇ ਵਿੱਚ ਹੀ ਰਹਿ ਕੇ ਤਾਂ ਕਮਾਉਂਦੇ ਹਾਂ। ਸਾਨੂੰ ਅੱਜ ਤੱਕ ਪਤਾ ਨਹੀਂ ਲੱਗਾ ਕਿ ਕਲਯੁਗ ਹੈ ਕੀ ਆ। ਅੱਗੇ ਜਾ ਕੇ ਸਤਸੰਗ ਜੀ ਅਸੀਂ ਇਹਨੂੰ ਡਿਫਾਈਨ ਕਰਨਾ ਆ। ਗੁਰੂ ਪਾਤਸ਼ਾਹ ਜੀ ਕਹਿੰਦੇ ਫੋਰ ਏਜਸ ਡੈਫੀਨੇਸ਼ਨ, ਇਹਨੂੰ ਡਿਫਾਈਨ ਕਿੱਦਾਂ ਕਰਦੇ ਆ? ਗੁਰੂ ਪਾਤਸ਼ਾਹ ਜੀ ਕਹਿੰਦੇ, ਬੜਾ ਸੋਹਣਾ ਗੁਰੂ ਪਾਤਸ਼ਾਹ ਜੀ ਨੇ ਇਹਦੇ ਵਿੱਚ ਕਲੀਅਰ ਕੀਤਾ ਆ, ਸਤਿਯੁਗ ਕੀ ਆ, ਤ੍ਰੇਤਾ ਕੀ ਆ, ਦੁਆਪਰ ਕੀ ਆ ਤੇ ਕਲਯੁਗ ਕੀ ਆ। ਸਤਿਯੁਗ ਸਤ ਸੰਗਤ ਜੀ ਉਹ ਅਵਸਥਾ ਆ, ਇਹ 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 ਇੱਕ ਸਾਡੀ ਜ਼ਿੰਦਗੀ ਦਾ ਮਨੋਰਥ ਬਣ ਜਾਂਦਾ ਆ। ਗੁਰਬਾਣੀ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ, ਨਾ ਸਤਿਯੁਗ ਨੂੰ, ਨਾ ਤ੍ਰੇਤੇ ਨੂੰ, ਨਾ ਦੁਆਪਰ ਨੂੰ, ਨਾ ਕਲਯੁਗ ਨੂੰ। ਸਤ ਸੰਗਤ ਜੀ ਇੱਥੇ ਮੈਂ ਇੱਕ ਗੱਲ ਕਲੀਅਰ ਕਰ ਦਵਾਂ ਵੀ ਜੇ ਇਹ ਸਾਰੀਆਂ ਜਿਹੜੀਆਂ ਸਟੇਜਸ ਨੇ ਨਾ, ਇਹ ਸਾਰੀਆਂ ਜਿਹੜੀਆਂ ਏਜਸ ਨੇ, ਇਹ ਇੱਕ ਮਨੁੱਖੀ ਮਨੁੱਖ ਦੀ ਮਨ ਦੀ ਜਿਹੜੀ ਆ ਘਾੜਤ ਆ, ਮਨੁੱਖ ਦੇ ਮਨ ਨੇ ਇਹ ਪੈਮਾਨਾ ਤੈਅ ਕੀਤਾ ਆ। ਮਨੁੱਖ ਨੀ ਮਨੁੱਖ ਦੀ ਇਹ ਕ੍ਰੀਏਸ਼ਨ ਆ, ਇਹ ਕਿਤੇ ਵੀ ਸਮਾਂ ਨਹੀਂ ਆਇਆ। ਬੜਾ ਆਖਿਆ ਗਿਆ ਆ ਕਿ ਸਤਯੁਗ ਆ ਗਿਆ, ਤ੍ਰੇਤਾ ਆ ਗਿਆ, ਦੁਆਪਰ ਸੀ, ਕਲਯੁਗ ਸੀ। ਗੁਰੂ ਪਾਤਸ਼ਾਹ ਕਹਿੰਦੇ ਮਨੁੱਖ ਇਹ ਇਹਦੀ ਕ੍ਰੀਏਸ਼ਨ ਤੂੰ ਆਪਣੇ ਆਪ ਕੀਤੀ ਆ, ਇਹ ਕਿਤੇ ਨਹੀਂ ਰਹਿੰਦਾ, ਇਹ ਤੇਰੇ ਕੋਲ ਰਹਿੰਦਾ ਆ, ਇਹ ਤੇਰੇ ਵਿੱਚ ਵੱਸਦਾ ਆ, ਸਤਯੁਗ ਵੀ ਤੇਰੇ ਵਿੱਚ ਵੱਸਦਾ ਆ। ਗੁਰਬਾਣੀ ਆਖਦੀ ਆ ਸਤਯੁਗ ਰਥ ਸੰਤੋਖ ਕਾ, ਧਰਮ ਅੱਗੇ ਰਥ ਵਾਹੋ। ਸਤਯੁਗ ਉਹ ਮਨੋਰਥ ਆ, ਉਹ ਅਵਸਥਾ ਆ ਜਿੱਥੇ ਬੰਦਾ ਸੰਤੋਖ ਨਾਲ ਜੀਂਦਾ ਆ, ਜਦੋਂ ਉਹ ਸੰਤੋਖ ਦੇ ਵਿੱਚ ਹੁੰਦਾ ਆ, ਜਦੋਂ ਉਹ ਧਰਮ ਕਮਾਉਣ ਦੀ ਗੱਲ ਕਰਦਾ ਆ, ਉਹਦਾ ਰਥ ਉਹ ਆ, ਉਸ ਰਥ ਤੇ ਚੱਲਦਾ ਆ। ਜਿੱਦਾਂ ਅਸੀਂ ਕਿਸੇ ਜਗ੍ਹਾ ਤੇ ਪਹੁੰਚਣਾ ਹੋਵੇ, ਅਸੀਂ ਸਾਡੇ ਕੋਲ ਅਜੇ ਆਪਣੇ ਕੋਲ ਗੱਡੀਆਂ ਨੇ, ਅਸੀਂ ਉੱਥੇ ਪਹੁੰਚ ਜਾਂਦੇ ਹਾਂ। ਉਸੇ ਤਰ੍ਹਾਂ ਸਤਯੁਗ ਦੀ ਅਵਸਥਾ ਜਿਹੜੀ ਆ, ਸਾਡਾ ਮਨੋਰਥ ਕੀ ਆ? ਸੰਤੋਖ, ਧਰਮ ਨੂੰ ਕਮਾਉਣਾ, ਇਹੋ ਸਾਡਾ ਰਥ ਆ। ਤੇ ਤ੍ਰੇਤਾ ਕੀ ਆ ਜੀ? ਤ੍ਰੇਤੇ ਵਿੱਚ ਲੋਕੀ ਜਿਹੜੇ ਆ ਉਹ ਜੱਤ ਨੂੰ ਕਾਇਮ ਰੱਖਣ ਦੇ ਲਈ ਪ੍ਰੈਕਟਿਸ ਕਰਦੇ ਨੇ ਵੀ ਮੇਰਾ ਜੱਤ ਜਿਹੜਾ ਉਹ ਸਦਾ ਕਾਇਮ ਰਹੇ। ਹੋ ਸਕਦਾ ਕਿ ਜੱਤ ਵਿੱਚ ਰਹਿਣ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ, ਇਹੋ ਤੇ ਮੇਰਾ ਰਥ ਆ। ਜਿਸ ਤਰ੍ਹਾਂ ਸਾਡੇ ਜੋਗੀ ਨੇ ਘਰ ਬਾਰ ਛੱਡ ਕੇ ਜੰਗਲ ਛੱਡ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਂਦੇ ਨੇ, ਪਰਿਵਾਰ ਨੂੰ ਛੱਡ ਦਿੰਦੇ ਨੇ, ਆਪਣੇ ਜੱਤ ਦੇ ਉੱਤੇ ਜਿਹੜਾ ਆ ਉਹਨਾਂ ਦਾ ਨਿਸ਼ਾਨਾ ਆ, ਉਹ ਜੱਤ ਨੂੰ ਕਾਇਮ ਰੱਖਣਾ ਚਾਹੁੰਦੇ ਨੇ, ਆਪਣੇ ਉੱਚੇ ਆਚਰਣ ਨੂੰ ਕਾਇਮ ਰੱਖਣਾ ਚਾਹੁੰਦੇ ਨੇ। ਗੁਰੂ ਪਾਤਸ਼ਾਹ ਦੇ ਦੁਆਪਰ, ਦੁਆਪਰ ਵਿੱਚ ਕੀ ਆ? ਦੁਆਪਰ ਰਥ ਤਪੈ ਕਾ, ਸਤ ਅਗੈ ਰਥ ਵਾਓ। ਦੁਆਪਰ ਕੀ ਆ? ਉਹ ਸਮਾਂ ਆ, ਉਹ ਮਨੋਰਥ ਆ ਜਿਹਦੇ ਵਿੱਚ ਤਪ ਕੀਤਾ ਜਾਂਦਾ ਆ, ਜਿਹਦੇ ਵਿੱਚ ਸਰੀਰ ਨੂੰ ਕਸ਼ਟ ਦਿੱਤੇ ਜਾਂਦੇ ਨੇ, ਜਿਹਦੇ ਵਿੱਚ ਜਿਹੜਾ ਸਰੀਰ ਨੂੰ ਇਹਨਾਂ ਸਰੀਰਕ ਇੰਦਰੀਆਂ ਨੂੰ ਜਿਹੜਾ ਵਿਕਾਰਾਂ ਤੋਂ ਬਚਾਉਣ ਦੇ ਲਈ ਜਿਹੜਾ ਤਪ ਕੀਤਾ ਜਾਂਦਾ ਆ, ਕਸ਼ਟ ਕੀਤਾ ਜਾਂਦਾ ਆ, ਉਹਨੂੰ ਦੁਆਪਰ ਆਖਿਆ ਗਿਆ ਆ। ਹੁਣ ਅੱਗੇ ਲਾਸਟ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਕਲਯੁਗ ਰਥ ਅਗਨ ਕਾ, ਕੂੜ ਅੱਗੇ ਰਥ ਵਾਓ। ਕਲਯੁਗ ਉਹ ਆ, ਕਲਯੁਗ ਸਾਡਾ ਮਨੋਰਥ ਉਹ ਆ, ਕਲਯੁਗ ਉਹ ਰਥ ਆ ਜਿੱਥੇ ਮਨੁੱਖ ਹਮੇਸ਼ਾ ਅਗਨੀ ਦੇ ਵਿੱਚ ਰਹਿੰਦਾ ਆ, ਭਾਵ ਕਿ ਹਮੇਸ਼ਾ ਹੀ ਜਿਹੜਾ ਆ ਉਹਦੇ ਸੁਭਾਅ ਚੰਚਲ ਰਹਿੰਦਾ ਆ, ਉਹਦੇ ਉਹਦੇ ਉਹਦੀਆਂ ਉਹਦੀਆਂ ਗੱਲਾਂ ਦੇ ਵਿੱਚ ਹਮੇਸ਼ਾ ਕੂੜ ਹੁੰਦਾ ਆ, ਝੂਠ ਹੁੰਦਾ ਆ, ਚਲਾਕੀਆਂ ਹੁੰਦੀਆਂ ਨੇ, ਸਿਆਣਪਾਵਾਂ ਹੁੰਦੀਆਂ ਨੇ। ਉਹ ਸਮਾਂ ਕੱਲ ਚੁੱਕਦਾ ਆ। ਇਹ ਸਤਸੰਗ ਜੀ ਇਹ ਚਾਰ ਸਮੇਂ ਗੁਰੂ ਪਾਤਸ਼ਾਹ ਨੇ ਸਾਨੂੰ ਦਿੱਤੇ ਨੇ, ਇਹ ਫੋਰ ਸਟੇਜ ਨੇ। ਹੁਣ ਅਸੀਂ ਇਹਨਾਂ ਵਿੱਚ ਦੇਖੀਏ, ਅਸੀਂ ਇਹਨਾਂ ਵਿੱਚੋਂ ਕਿਹੜੀ ਸਟੇਜ ਦੇ ਵਿੱਚ ਜੀ ਰਹੇ ਹਾਂ? ਸਤਯੁਗ ਰਥ ਸੰਤੋਖ ਕਾ, ਧਰਮ ਅੱਗੇ ਰਥ ਵਾਓ, ਤ੍ਰੇਤਾ ਰਥ ਜਿੱਤੈ ਕਾ, ਜੋਰ ਅੱਗੇ ਰਥ ਵਾਓ, ਦੁਆਪਰ ਰਥ ਤਪੈ ਕਾ, ਸਤ ਅੱਗੇ ਰਥ ਵਾਓ, ਕਲਯੁਗ ਰਥ ਅਗਨ ਕਾ, ਕੂੜ ਅੱਗੇ ਰਥ ਵਾਓ। ਗੁਰੂ ਪਾਤਸ਼ਾਹ ਨੇ ਮਨੁੱਖ ਜਿਹੜਾ ਫਿਰ ਤ੍ਰਿਸ਼ਨਾ ਦੇ ਵਿੱਚ ਭਟਕਦਾ ਆ, ਉਹ ਕੂੜ ਬੋਲਦਾ ਆ, ਠੱਗੀਆਂ ਮਾਰਦਾ ਆ, ਗੁਰੂ ਪਾਤਸ਼ਾਹ ਕਿਸ ਦੀ ਗੱਲ ਨੂੰ ਉਹ ਸਹਾਰਦਾ ਨਹੀਂ। ਇਹ ਸਤਸੰਗ ਜੀ ਗੁਰਬਾਣੀ ਦੇ ਵਿੱਚ ਜਿਹੜੇ ਫੋਰ ਸਟੇਜ ਨੇ, ਫੋਰ ਏਜਸ ਨੇ, ਡੈਫੀਨੇਸ਼ਨ ਜਿਹੜੀਆਂ ਗੁਰੂ ਪਾਤਸ਼ਾਹ ਨੇ ਡਿਫਾਈਨ ਕੀਤੀਆਂ ਨੇ, ਇਹ 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 ਸਮਾਂ ਜਿਹੜਾ ਆ ਸਾਡੇ ਨਾਲ ਨਾਲ ਚੱਲਦਾ ਆ। ਸਤਯੁਗ ਵੀ ਸਾਡੇ ਨਾਲ ਚੱਲਦਾ ਆ, ਤ੍ਰੇਤਾ ਵੀ ਸਾਡੇ ਨਾਲ ਚੱਲਦਾ ਆ, ਦੁਆਪਰ ਵੀ ਸਾਡੇ ਨਾਲ ਚੱਲਦਾ ਆ, ਤੇ ਕਲਯੁਗ ਵਿੱਚ ਵੀ ਅਸੀਂ ਜੀ ਰਹੇ ਹਾਂ। ਇਹ ਸਾਡੇ ਦੇ ਉੱਤੇ ਹੈ, ਇਹ ਸਾਡੇ ਉੱਤੇ ਡਿਪੈਂਡ ਹੈ, ਅਸੀਂ ਕਲਯੁਗ ਵਿੱਚ ਜੀਣਾ ਹੈ ਜਾਂ ਸਤਯੁਗ ਵਿੱਚ ਜੀਣਾ ਹੈ। ਗੁਰੂ ਪਾਤਸ਼ਾਹ ਨੇ ਸਾਨੂੰ ਦੱਸ ਦਿੱਤਾ ਆ, ਮਨੁੱਖ ਇਹ ਤੇਰੇ ਉੱਤੇ ਡਿਪੈਂਡ ਆ, ਇਹ ਤੇਰੇ ਉੱਤੇ ਨਿਰਭਰ ਕਰਦਾ ਆ। ਫਿਰ ਅੱਗੇ ਗੁਰੂ ਪਾਤਸ਼ਾਹ ਜੀ ਨੇ ਦੱਸਿਆ ਇਹ ਸਾਨੂੰ ਫੋਰ ਏਜਸ ਦੱਸ ਕੇ, ਫਿਰ ਅੱਗੇ ਕਲਯੁਗ ਦੇ ਜਿਹੜੇ ਸਿਮਟਮਸ ਨੇ, ਉਹਦੇ ਲੱਛਣ ਨੇ, ਸਾਨੂੰ ਪਤਾ ਤਾਂ ਹੋਣਾ ਚਾਹੀਦਾ ਨਾ। ਜਦੋਂ ਸਾਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਨਾ ਜੀ, ਅਸੀਂ ਡਾਕਟਰ ਕੋਲ ਜਾਂਦੇ ਹਾਂ, ਅਸੀਂ ਡਾਕਟਰ ਨੂੰ ਦੱਸਦੇ ਹਾਂ ਵੀ ਇਹਦਾ ਕਾਰਨ ਕੀ ਆ, ਇਹਦੇ ਲੱਛਣ ਕਿਹੜੇ ਕਿਹੜੇ ਨੇ। ਗੁਰੂ ਪਾਤਸ਼ਾਹ ਜੀ ਸਾਨੂੰ ਬਹੁਤ ਸੋਹਣੇ ਤਰੀਕੇ ਨਾਲ ਸਮਝਾਉਂਦੇ ਨੇ, ਕੀ ਕਹਿੰਦੇ ਨੇ, ਜੇ ਕੋ ਸਤ ਕਰੇ ਸੋ ਛੀਜੈ,
ਤਪ ਕਰ ਤਪ ਨਾ ਹੋਈ ਸਤਸੰਗ ਜੀ। ਅੱਜ ਅਸੀਂ ਘਰਾਂ ਵਿੱਚ ਪਾਠ ਪੂਜਾ ਕਰਦੇ ਹਾਂ, ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ। ਗੁਰਬਾਣੀ ਸਾਨੂੰ ਕਹਿੰਦੀ ਆ ਵੀ ਜੇਕਰ ਤੁਹਾਨੂੰ ਨਾਮ ਜਪਦੇ ਆ ਵੀ ਤੁਹਾਨੂੰ ਲੋਕੀ ਬੁਰਾ ਆਖਣ ਤਾਂ ਸਮਝ ਲਓ ਇਹ ਕਲਯੁੱਗ ਦੀ ਨਿਸ਼ਾਨੀ ਆ, ਇਹ ਕਲਯੁੱਗ ਦੇ ਲੱਛਣ ਨੇ। ਜੇ ਤੁਸੀਂ ਚੰਗੇ ਰਸਤੇ ਤੇ ਚੱਲਦੇ ਹੋ ਲੋਕੀ ਤੁਹਾਡੀ ਨਿੰਦਿਆ ਕਰਦੇ ਨੇ, ਤੁਸੀਂ ਆਪਣੇ ਜੱਤ ਸੱਤ ਨੂੰ ਕਾਇਮ ਰੱਖਣਾ ਚਾਹੁੰਦੇ ਹੋ ਤੇ ਫਿਰ ਵੀ ਲੋਕੀ ਜਿਹੜੇ ਆ ਤੁਹਾਡੇ ਵਿੱਚ ਕਮੀਆਂ ਲੱਭਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਇਹੀ ਤਾਂ ਜਿਹੜੀ ਆ ਉਹਦੇ ਲੱਛਣ ਨੇ। ਬੰਦਾ ਉੱਚਾ ਆਚਰਣ ਰੱਖਦਾ ਆ, ਆਪਣਾ ਕਰੈਕਟਰ ਜਿਹੜਾ ਆ ਉਹਨੂੰ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਜੇ ਕੋ ਸਤ ਕਰੇ ਸੋਚੀ ਚ ਹੈ, ਲੋਕੀ ਉਹਨੂੰ ਛਿਜਦੇ ਨੇ, ਭਾਵ ਕੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਦੇ ਤੇ ਐਲੀਗੇਸ਼ਨ ਲਗਾਉਂਦੇ ਨੇ। ਸਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਬੰਦਾ ਨਾਮ ਸਿਮਰਨ ਕਰਦਾ ਆ ਉਹ ਚੰਗਾ ਹੋ ਸਕਦਾ ਕਿ ਮਾੜਾ ਹੋ ਸਕਦਾ ਹੈ, ਉਹਦੀਆਂ ਪ੍ਰੈਕਟਿਸ ਤੋਂ ਪਤਾ ਲੱਗਦਾ ਆ, ਉਹਦੇ ਮਿਲਾਪ ਤੋਂ ਪਤਾ ਲੱਗਦਾ ਆ, ਉਹਦੀ ਵੋਕੈਬਲਰੀ ਤੋਂ ਪਤਾ ਲੱਗਦਾ ਆ, ਉਹਦੇ ਟਾਕਿੰਗ ਆਫ ਵੇ ਤੋਂ ਜਿਹੜਾ ਆ ਵੇ ਆਫ ਟਾਕਿੰਗ ਜਿਹੜਾ ਆ ਉਹ ਤੋਂ ਪਤਾ ਲੱਗਦਾ ਆ ਇਹਦੇ ਅੰਦਰ ਕੀ ਆ। ਇਹਦੇ ਅੰਦਰ ਇਹ ਕਲਯੁਗ ਅਵਸਥਾ ਵਿੱਚ ਜੀ ਰਿਹਾ ਆ ਤੇ ਜਾਂ ਫਿਰ ਇਹ ਸਤਯੁਗ ਅਵਸਥਾ ਵਿੱਚ ਜੀ ਰਿਹਾ ਆ। ਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਮਨੁੱਖ ਚੰਗਾ ਕਰਮ ਕਰੇ ਲੋਕੀ ਉਹਨੂੰ ਮਾੜਾ ਆਖਣ, ਪਰਮਾਤਮਾ ਦਾ ਕੋਈ ਨਾਮ ਸਿਮਰਦਾ ਆ ਲੋਕੀ ਉਹਨੂੰ ਵੀ ਨਿੰਦੀ ਜਾਂਦੇ ਨੇ। ਸਾਨੂੰ ਆਮ ਸਾਡੇ ਘਰਾਂ ਵਿੱਚ ਆਖ ਦਿੱਤਾ ਜਾਂਦਾ ਹੈ ਜੇਕਰ ਅਸੀਂ ਕੋਈ ਪਾਠ ਕਰਨ ਲੱਗ ਜਾਈਏ ਕਹਿੰਦੇ ਲੈ ਇਹਨੇ ਰੱਬ ਦੀ ਪ੍ਰਾਪਤੀ ਕਰਨੀ ਆ, ਉਹ ਕਲਯੁੱਗ ਦੀ ਨਿਸ਼ਾਨੀ ਆ। ਸਰਮ ਧਰਮ ਦੁਸ਼ਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ। ਗੁਰੂ ਪਾਤਸ਼ਾਹ ਕਹਿੰਦੇ ਜਿੱਥੇ ਕੂੜ ਹੀ ਕੂੜ ਹੋਵੇ, ਜਿੱਥੇ ਝੂਠ ਹੀ ਝੂਠ ਹੋਵੇ, ਜਿੱਥੇ ਸਿਆਣਪਾਵਾਂ ਹੋਣ, ਜਿੱਥੇ ਚਤਰਾਈਆਂ ਹੋਣ, ਜਿੱਥੇ ਧਰਮ ਦੀ ਗੱਲ ਹੋਵੇ ਹੀ ਨਾ, ਉਹ ਉੱਡ ਜਾਵੇ, ਪੰਖ ਲਾ ਕੇ ਉੱਡ ਜਾਵੇ ਜਿੱਦਾਂ ਪੰਛੀ ਉੱਡ ਜਾਂਦਾ ਨਾ ਜੀ। ਕਹਿੰਦੇ ਤੁਹਾਡੇ ਧਰਮ ਉੱਡ ਜਾਂਦਾ ਭਾਵ ਕੇ ਧਰਮ ਤੋਂ ਛੱਪ ਖਲੋਏ, ਭਾਵ ਕੇ ਤੁਹਾਡੇ ਅੰਦਰੋਂ ਜਿਹੜੀ ਆ ਇਨਸਾਨੀਅਤ ਹਿਊਮੈਨਿਟੀ ਜਿਹੜੀ ਆ ਉਹ ਖਤਮ ਹੋ ਜਾਂਦੀ ਆ, ਤੁਹਾਡੇ ਅੰਦਰ ਦਰਦ ਨਹੀਂ ਰਹਿੰਦਾ। ਇਸ ਲਈ ਤਾਂ ਗੁਰੂ ਪਾਤਸ਼ਾਹ ਨੇ ਆਖਿਆ ਸੀ ਏਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਤੂੰ ਲੋਕਾਂ ਨੂੰ ਦਰਦ ਦੇ ਕੇ ਤੈਨੂੰ ਕੀ ਮਿਲਦਾ, ਲੋਕਾਂ ਨੂੰ ਖਤਮ ਕਰਕੇ ਤੈਨੂੰ ਕੀ ਮਿਲਦਾ। ਇਹ ਕਲਯੁੱਗ ਦੀ ਤਾਂ ਨਿਸ਼ਾਨੀ ਹੈ, ਅੱਜ ਦੇ ਸਮੇਂ ਵੀ ਬੜਾ ਕੁਛ ਹੋ ਰਿਹਾ ਇਸ ਤਰ੍ਹਾਂ ਦਾ। ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਕਲਯੁੱਗ ਮਨੁੱਖ ਤੇਰੇ ਮਾਇੰਡ ਦੀ ਅਵਸਥਾ ਆ, ਇਹ ਤੇਰੇ ਪੈਦਾ ਕੀਤੇ ਹੋਏ ਸਾਰੇ ਜਿਹੜੇ ਆ ਇਹ ਸਮੇਂ ਨੇ, ਏਜਸ ਜਿਹੜੀਆਂ ਜਿੰਨੀਆਂ ਵੀ ਏਜਸ ਨੇ ਇਹ ਸਾਰੀਆਂ ਤੇਰੀਆਂ ਪੈਦਾ ਕੀਤੀਆਂ ਹੋਈਆਂ ਨੇ। ਗੁਰੂ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਸਭ ਕੁਝ ਰੱਖ ਕੇ ਸਾਨੂੰ ਦੱਸਿਆ ਹੈ ਸਤਸੰਗ ਜੀ। ਅੱਗੇ ਗੁਰੂ ਪਾਤਸ਼ਾਹ ਕਹਿੰਦੇ ਗੁਰਬਾਣੀ ਅਤੇ ਯੁੱਗ, ਗੁਰਬਾਣੀ ਐਂਡ ਯੁੱਗ। ਸਤਸੰਗ ਜੀ ਅਸੀਂ ਆਮ ਇਹ ਗੱਲ ਆਖਦੇ ਹਾਂ ਕਿ ਯੁੱਗ ਬਦਲ ਗਿਆ, ਨਵਾਂ ਯੁੱਗ ਆ ਗਿਆ। ਇੱਥੇ ਯੁੱਗ ਬਦਲਦਾ ਹੈ ਜਾਂ ਮਨੁੱਖ ਬਦਲਦਾ ਹੈ, ਕੌਣ ਬਦਲਦਾ ਹੈ? ਸਾਰੀਆਂ ਚੀਜ਼ਾਂ ਤਾਂ ਪਹਿਲਾਂ ਵਾਂਗ ਹੀ ਨੇ, ਬਦਲਿਆ ਕੀ ਹੈ? ਇੱਥੇ ਜਦੋਂ ਅਸੀਂ ਨਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਹਾਂ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਇੱਕ ਬੜਾ ਸੋਹਣਾ ਸਾਨੂੰ ਸ਼ਬਦ ਮਿਲਦਾ ਆ, ਉਹ ਚ ਆਖਿਆ ਗਿਆ ਆ ਕੱਲ ਆਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਗੁਸਾਈ ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ। ਕਹਿੰਦੇ ਜਿਹੜੇ ਜਿੱਦਾਂ ਇੱਕ ਰਾਜਾ ਆ, ਰਾਜੇ ਦਾ ਜਿਹੜਾ ਫਰਜ਼ ਆ ਉਹ ਪ੍ਰਜਾ ਦੀ ਰੱਖਿਆ ਕਰਨਾ ਆ, ਜੇ ਉਹ ਪ੍ਰਜਾ ਨੂੰ ਹੀ ਖਾਣ ਲੱਗ ਜਾਵੇ, ਪ੍ਰਜਾ ਨੂੰ ਹੀ ਖਤਮ ਕਰਨ ਲੱਗ ਜਾਵੇ, ਉਹ ਰਾਜਾ ਕਾਹਦਾ? ਆਮ ਜਦੋਂ ਇੱਦਾਂ ਦੀਆਂ ਗੱਲਾਂ ਹੁੰਦੀਆਂ ਨੇ ਉੱਥੇ ਦੋ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ। ਸਮੇਂ ਦੀ ਜਦੋਂ ਗੱਲ ਹੁੰਦੀ ਆ ਵੀ ਯੁੱਗ ਜਿਹੜਾ ਆ ਉਹ ਬਦਲ ਗਿਆ, ਸਮਾਂ ਇਸ ਤਰ੍ਹਾਂ ਦਾ ਆ ਗਿਆ, ਆਮ ਜਿਹੜਾ ਸਮੇਂ ਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ ਜਾਂਦਾ ਆ, ਇੱਕ ਸਮੇਂ ਨੂੰ ਜਿਹੜਾ ਮਾੜਾ ਆਖਿਆ ਜਾਂਦਾ ਆ ਤੇ ਦੂਜੇ ਨੂੰ ਜਿਹੜਾ ਹੈ ਉਹ ਚੰਗਾ ਤੇ ਬੁਰਾ ਆਖਿਆ ਜਾਂਦਾ ਆ। ਕਿਸੇ ਦੇ ਕਹਿਣ ਤੇ ਜਿਹੜੇ ਆ ਉਹ ਕੁਝ ਦਿਨ ਬਹੁਤ ਚੰਗੇ ਹੁੰਦੇ ਨੇ ਤੇ ਕਿਸੇ ਦੇ ਕਹਿਣ ਤੇ ਬਹੁਤ ਦਿਨ ਜਿਹੜੇ ਮਾੜੇ ਹੁੰਦੇ ਆ, ਕਿਸੇ ਦੇ ਕਹਿਣ ਤੇ ਕੁਝ ਮਹੀਨੇ ਜਿਹੜੇ ਆ ਉਹ ਚੰਗੇ ਹੁੰਦੇ ਨੇ, ਕਿਸੇ ਦੇ ਕਹਿਣ ਤੇ ਕੁਝ ਮਹੀਨੇ ਜਿਹੜੇ ਮਾੜੇ ਹੁੰਦੇ ਨੇ, ਕੁਝ ਘੜੀਆਂ ਚੰਗੀਆਂ ਤੇ ਕੁਝ ਘੜੀਆਂ ਬੁਰੀਆਂ ਹੁੰਦੀਆਂ ਨੇ। ਇੱਕ ਧਾਰਨਾ ਅਸੀਂ ਨਾ ਇੱਕ ਮਨ ਦੇ ਵਿੱਚ ਬਣਾ ਚੁੱਕੇ ਹਾਂ, ਪੱਕਾ ਕਰ ਲਿਆ ਆ। ਕੀ ਧਾਰਨਾ ਬਣਾ ਲਿਆ? ਵੀ ਜਿਹੜਾ ਪਹਿਲਾ ਸਮਾਂ ਸੀ ਨਾ ਉਹ ਬਹੁਤ ਹੀ ਚੰਗਾ ਸੀ। ਸਾਨੂੰ ਕਿੱਦਾਂ ਪਤਾ ਸਾਡੇ ਕੋਲ ਕਿਸ ਤਰ੍ਹਾਂ ਦਾ ਏਦਾਂ ਥਰਮਾਮੀਟਰ ਹੈ, ਸਾਡੇ ਕੋਲ ਕਿਸ ਤਰ੍ਹਾਂ ਦਾ ਪੈਮਾਨਾ ਹੈ ਕਿ ਅਸੀਂ ਉਹਨੂੰ ਨਾਪ ਸਕੀਏ ਕਿ ਉਹ ਬਹੁਤ ਚੰਗਾ ਸੀ? ਫਿਰ ਉਹਨਾਂ ਨੂੰ ਪੁੱਛੀਦਾ ਆ ਵੀ ਉਹ ਕਿੱਦਾਂ ਦਾ ਸਮਾਂ ਸੀ ਜਿਹੜਾ ਪਹਿਲਾਂ ਸਮਾਂ ਜਿਹੜਾ ਚੰਗਾ ਸੀ? ਉਹ ਕਹਿੰਦੇ ਜੀ ਉਸ ਸਮੇਂ ਲੋਕ ਬਹੁਤ ਚੰਗੇ ਸਨ। ਆਮ ਅਸੀਂ ਆਪਣੇ ਪੇਰੈਂਟਸ ਕੋਲੇ ਬੈਠੇ ਹੋਈਏ ਤਾਂ ਉਹ ਸਾਨੂੰ ਦੱਸਦੇ ਆ ਪੁੱਤਰ ਜੀ ਸਾਡਾ ਸਮਾਂ ਬਹੁਤ ਚੰਗਾ ਸੀ। ਅਸੀਂ ਅੱਜ ਤੋਂ 100 ਸਾਲ 500 ਸਾਲ ਪੁਰਾਣੀ ਕਿਤਾਬ ਫੋਲ ਲਈਏ, ਉਹਨੂੰ ਰੀਡ ਕਰੀਏ ਪ੍ਰੋਪਰਲੀ ਤਰੀਕੇ ਨਾਲ ਬੈਠ ਕੇ, ਤਾਂ ਉਹਦੇ ਵਿੱਚ ਵੀ ਇਹੋ ਚੀਜ਼ ਲਿਖੀ ਹੁੰਦੀ ਆ। ਕੀ ਲਿਖੀ ਹੁੰਦੀ ਆ? ਕਿ ਪਹਿਲਾਂ ਸਮਾਂ ਬਹੁਤ ਹੀ ਜਿਹੜਾ ਚੰਗਾ ਸੀ। ਅੱਜ ਦਾ ਸਮੇਂ ਦੇ ਨਾਲ ਸਾਨੂੰ ਇੰਨੀ ਨਫ਼ਰਤ ਕਿਉਂ ਹੋ ਗਈ?
ਅੱਜ ਦਾ ਸਮਾਂ ਇੰਨਾ ਮਾੜਾ ਕਿਉਂ ਹੋ ਗਿਆ? ਗੁਰਬਾਣੀ ਤੇ ਯੁੱਗ ਦੀ ਗੱਲ ਸਾਧ ਸੰਗਤੀ ਦੇ ਵਿੱਚ ਕਰਦੇ ਹਾਂ। ਸਮਾਂ ਤਾਂ ਇੱਕੋ ਜਿਹਾ ਹੈ, ਪਰ ਸਮਾਂ ਜਿਹੜਾ ਆ ਪਹਿਲਾਂ ਸਮਾਂ ਚੰਗਾ ਸੀ, ਅੱਜ ਸਮਾਂ ਮਾੜਾ ਹੈ, ਇਹ ਕਿਉਂ? ਅਸੀਂ ਸਾਰੇ ਹੀ ਸਮੇਂ ਨੂੰ ਜਿਹੜਾ ਆ ਪਹਿਲੇ ਨੂੰ ਚੰਗਾ ਆਖਦੇ ਹਾਂ। ਅੱਜ ਸਾਡਾ ਅਸੀਂ ਆਖਦੇ ਹਾਂ ਕਿ ਪਹਿਲਾਂ ਸਮਾਂ ਚੰਗਾ ਸੀ, ਅੱਜ ਜਦੋਂ ਅਸੀਂ ਬਹੁਤ ਮਤਲਬ ਕਿ 15-20 ਸਾਲਾਂ ਬਾਅਦ ਜਦੋਂ ਅਸੀਂ ਬੈਠਾਂਗੇ ਤਾਂ ਜਦੋਂ ਸਾਡੇ ਪੁੱਤ ਪੁੱਤਰੇ ਹੋਣਗੇ, ਦੋਤੇ ਦੋਤਰੀਆਂ ਹੋਣਗੇ, ਤਾਂ ਅਸੀਂ ਆਖਾਂਗੇ ਸਾਡਾ ਸਮਾਂ ਚੰਗਾ ਸੀ। ਉਸੇ ਸਮੇਂ ਨੂੰ ਜਿਹੜੇ ਸਮੇਂ 'ਚ ਅਸੀਂ ਅੱਜ ਖਲੋਤੇ ਹਾਂ, ਉਸੇ ਸਮੇਂ 'ਚ ਜਾ ਕੇ ਕਵਾਂਗੇ ਵੀ ਉਹ ਸਮਾਂ ਜਿਹੜਾ ਮਾੜਾ ਹੋ ਜਾਵੇਗਾ। ਸਾਨੂੰ ਕਿੱਦਾਂ ਪਤਾ ਕਿ ਆਉਣ ਵਾਲਾ ਸਮਾਂ ਮਾੜਾ ਹੋ ਜਾਵੇਗਾ? ਉਸ ਸਮੇਂ ਵਿੱਚ ਜਾ ਕੇ ਅਸੀਂ ਪੁਰਾਣੇ ਸਮੇਂ ਦੀ ਗੱਲ ਕਰਦੇ ਹਾਂ, ਨਾਲੇ ਆਉਣ ਵਾਲੇ ਜਿਹੜਾ ਆਉਣ ਵਾਲਾ ਸਮਾਂ ਆ ਉਹਨੂੰ ਅਸੀਂ ਮਾੜਾ ਆਖਦੇ ਹਾਂ। ਸਾਡੇ ਕੋਲ ਕਿਸ ਤਰ੍ਹਾਂ ਦਾ ਪੈਮਾਨਾ ਆ? ਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹ ਸਮੇਂ ਦੀ ਰਫਤਾਰ ਜਿਹੜੀ ਆ, ਇੱਥੇ ਸਮਾਂ ਨਹੀਂ ਬਦਲਦਾ, ਸਮਾਂ ਆਪਣੀ ਰਫਤਾਰ ਚੱਲਦਾ ਆ। ਇੱਥੇ ਬਦਲਦਾ ਕੌਣ ਆ? ਇੱਥੇ ਮਨੁੱਖ ਬਦਲਦਾ ਆ, ਲੋਕ ਬਦਲਦੇ ਨੇ, ਕਿਉਂਕਿ ਲੋਕੀ ਆਉਂਦੇ ਨੇ ਚਲੇ ਜਾਂਦੇ ਨੇ। ਹੁਣ ਜੇ ਦੇਖਿਆ ਜਾਵੇ ਤਾਂ ਬਾਬੇ ਨਾਨਕ ਦੇ ਸਮੇਂ, ਅਸੀਂ ਹਿਸਟਰੀ ਪੱਖ ਤੋਂ ਗੱਲ ਕਰਦੇ ਹਾਂ, ਬਾਬੇ ਨਾਨਕ ਜੀ ਦੇ ਸਮੇਂ ਵੀ ਤਾਂ ਉਹੀ ਸਮਾਂ ਸੀ ਜੋ ਅੱਜ ਹੈ। ਉਸ ਸਮੇਂ ਵੀ ਲੋਕੀ ਝੂਠ ਬੋਲਦੇ ਸੀ, ਬਾਬੇ ਨਾਨਕ ਨੇ ਇਸ ਲਈ ਤਾਂ ਆਖਿਆ ਸੀ ਕੂੜ ਬੋਲ ਮੁਰਦਾਰ ਖਾਏ। ਅੱਜ ਵੀ ਲੋਕੀ ਝੂਠ ਬੋਲਦੇ ਨੇ। ਉਸ ਸਮੇਂ ਸੱਜਣ ਠੱਗ ਦੀ ਕਹਾਣੀ ਸਾਡੇ ਕੋਲ ਹੈ, ਅੱਜ ਵੀ ਬਹੁਤ ਸਾਰੇ ਜਿਹੜੇ ਆ ਸੱਜਣ ਨੇ, ਸੱਜਣ ਠੱਗ ਨੇ, ਅੱਜ ਵੀ ਤਾਂ ਬਹੁਤ ਸਾਰੇ ਆ। ਸਮਾਂ ਕਿੱਥੋਂ ਬਦਲਿਆ? ਸਮਾਂ ਉਹੀ ਹੈ, ਇਨਸਾਨ ਬਦਲਦਾ ਆ। ਜੇ ਉਸ ਸਮੇਂ ਜੇਕਰ ਅਸੀਂ ਰਾਵਣ ਦੀ ਗੱਲ ਕਰਦੇ ਹਾਂ ਤਾਂ ਉਸ ਸਮੇਂ ਰਾਮ ਸੀ, ਜੇਕਰ ਉਸ ਸਮੇਂ ਕਸ਼ ਦੀ ਗੱਲ ਕਰਦੇ ਹਾਂ ਨਾਲ ਕ੍ਰਿਸ਼ਨ ਵੀ ਸੀ। ਸਮਾਂ ਜਿਹੜਾ ਆ ਉਹ ਹਮੇਸ਼ਾ ਚੰਗਾ ਆ, ਅਸੀਂ ਸਮੇਂ ਨੂੰ ਮਾੜਾ ਨਹੀਂ ਕਹਿ ਸਕਦੇ। ਜੇਕਰ ਉੱਥੇ ਮਾੜਾ ਹੈ ਤਾਂ ਉਹ ਮਨੁੱਖ ਆ, ਮਨੁੱਖ ਦੀ ਸੋਚ ਮਾੜੀ ਹੈ, ਮਨੁੱਖ ਦੇ ਕਰਮ ਮਾੜੇ ਨੇ, ਤਾਂ ਮਨੁੱਖ ਦੀ ਜਿਹੜੀ ਆ ਉਹ ਥਿੰਕਿੰਗ ਮਾੜੀ ਆ। ਸਤਸੰਗ ਜੀ, ਅੱਜ ਸਾਡੇ ਕੋਲ ਸਮਾਂ ਹੈ, ਅਸੀਂ ਸਮੇਂ ਦੇ ਅਕੋਰਡਿੰਗ ਚੱਲਦੇ ਹਾਂ। ਪੰਛੀਆਂ ਕੋਲ ਕਿਹੜਾ ਸਮਾਂ ਆ? ਜਾਨਵਰਾਂ ਦੇ ਕੋਲ ਕਿਹੜਾ ਸਮਾਂ ਆ? ਉਹਨਾਂ ਕੋਲ ਤਾਂ ਨਾ 1 ਵੱਜਦਾ, ਨਾ 2 ਵੱਜਦੇ, ਨਾ 3 ਵੱਜਦੇ। ਸਮਾਂ ਤਾਂ ਅਸੀਂ ਆਪਣੇ ਹੱਥ ਵਿੱਚ ਕਰ ਲਿਆ, ਸਮੇਂ ਦੇ ਅਕੋਰਡਿੰਗ ਅਸੀਂ ਜਿੰਨੇ ਆ। ਪੰਛੀ ਤਾਂ ਜਿੰਦਾ ਨਹੀਂ, ਨਾ ਜਾਨਵਰ ਜਿੰਦੇ ਨੇ, ਉਹਨਾਂ ਦੀ ਜ਼ਿੰਦਗੀ 'ਚ ਕੁਛ ਵੀ ਨਹੀਂ ਆਉਂਦਾ। ਉਹ ਨੈਚੁਰਲੀ ਜਿਹੜਾ ਆ ਆਪਣੀ ਜ਼ਿੰਦਗੀ ਜਿੰਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਤੂੰ ਸਤਯੁਗ ਤੇ ਕਲਯੁਗ ਦੀ ਗੱਲ ਕਰਦਾ, ਦੁਆਪਰ ਦੀ ਗੱਲ ਕਰਦਾ। ਕਹਿੰਦੇ ਜਦੋਂ ਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਦੱਸਦੇ ਨੇ, ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨੀਅਰ ਤਪਤ ਰਹੇ। ਕਹਿੰਦੇ ਸਤਯੁਗ ਦੇ ਵਿੱਚ ਵੀ, ਦੁਆਪਰ ਦੇ ਵਿੱਚ ਵੀ, ਤ੍ਰੇਤੇ ਦੇ ਵਿੱਚ ਵੀ ਉਹੀ ਚੰਦਰਮਾ ਸੀ, ਉਹੀ ਤਾਰੇ ਸੀ, ਉਹੀ ਸੂਰਜ ਸੀ, ਉਹੀ ਦਿਨ ਸੀ, ਉਹੀ ਧਰਤੀ ਸੀ, ਉਹੀ ਹਵਾ ਸੀ ਤੇ ਜਿਹਦੇ ਵਿੱਚ ਸਾਰੇ ਲੋਕੀ ਜਿਹੜੇ ਆ ਉਹ ਖੇਡਦੇ ਸਨ। ਕਲਯੁਗ ਦਾ ਪ੍ਰਭਾਵ ਜਿਹੜਾ ਆ ਉਹ ਜੀਵਾਂ ਦੇ ਮਨਾਂ ਵਿੱਚ ਖੇਡਾਂ ਖੇਡਦਾ ਆ। ਕੋਈ ਉਹਨੂੰ ਸਤਯੁਗ ਆਖਦਾ ਆ, ਕੋਈ ਉਹਨੂੰ ਕਲਯੁਗ ਆਖਦਾ ਆ। ਅੱਜ ਜੇਕਰ ਉਸ ਸਮੇਂ ਇੱਕ ਸੂਰਜ ਸੀ ਸਤਯੁਗ ਦੇ ਵਿੱਚ, ਤੇ ਅੱਜ ਤਾਂ ਫਿਰ 7-8 ਹੋਣੇ ਚਾਹੀਦੇ ਨੇ, ਚੰਦਰਮਾ 12-13 ਹੋਣੇ ਚਾਹੀਦੇ ਨੇ, ਧਰਤੀਆਂ ਤਾਂ ਅਣਗਿਣਤ ਹੋਣੀਆਂ ਚਾਹੀਦੀਆਂ ਨੇ। ਗੁਰੂ ਪਾਤਸ਼ਾਹ ਜੀ ਤੇ ਸਮਝਾਉਣਾ ਚਾਹੁੰਦੇ ਨੇ ਮਨੁੱਖ, ਇੱਥੇ ਸਮੇਂ ਦੀ ਕੋਈ ਗੱਲ ਨਹੀਂ, ਇੱਥੇ ਯੁੱਗਾਂ ਦੀ ਕੋਈ ਗੱਲ ਨਹੀਂ, ਇੱਥੇ ਜਿਹੜੇ ਕਲਯੁੱਗ ਦੀ ਵੀ ਕੋਈ ਗੱਲ ਨਹੀਂ। ਤੂੰ ਆਪਣੇ ਆਪ ਨੂੰ ਨਹੀਂ ਬਦਲਦਾ, ਤੇਰੀ ਸੋਚ ਤੈਨੂੰ ਕਲਯੁੱਗ ਬਣਾਉਂਦੀ ਹੈ, ਤੇਰੀ ਸੋਚ, ਤੇਰੀ ਥਿੰਕਿੰਗ ਤੈਨੂੰ ਕੀ ਬਣਾਉਂਦੀ ਹੈ, ਤੈਨੂੰ ਸਤਯੁੱਗ ਦੇ ਤੈਨੂੰ ਕਲਯੁੱਗ ਬਣਾਉਂਦੀ ਹੈ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ। ਕਹਿੰਦੇ ਇਹ ਸੋਚ ਨੇ ਹੀ ਤੈਨੂੰ ਜਿਹੜਾ ਪਰਮਾਤਮਾ ਦੇ ਨਾਲ ਮਿਲਾਉਣਾ ਆ, ਤੇਰੇ ਅੰਦਰੋਂ ਇਨਸਾਨੀਅਤ ਖਤਮ ਹੋ ਗਈ, ਤੇਰੀ ਸੋਚ ਨੇ ਹੀ ਤੈਨੂੰ ਪਰਮਾਤਮਾ ਦੇ ਨਾਲ ਤੇਰਾ ਮਿਲਾਪ ਕਰਾਉਣਾ ਆ। ਤੂੰ ਆਪਣੇ ਸਮੇਂ ਨੂੰ ਆਪਣੇ ਆਪ ਹੀ ਕਲਯੁੱਗ ਬਣਾ ਕੇ ਬੈਠਾ ਆ। ਅਸੀਂ ਕਈ ਵਾਰ ਕਹਿ ਦਿੰਦੇ ਹਾਂ ਅੱਜ ਸਾਡੇ ਕੋਲ ਸਤਸੰਗ ਜੀ ਸਭ ਕੁਝ ਹੈ ਗੁਰੂ ਦੀ ਕਿਰਪਾ ਦੇ ਨਾਲ, ਭਾਵ ਕਿ ਸਾਡਾ ਸਰੀਰ ਚੰਗਾ ਚੱਲ ਰਿਹਾ ਹੈ, ਸਾਡੇ ਸਵਾਸ ਚੱਲ ਰਹੇ ਨੇ, ਤੇ ਇਸ ਤੋਂ ਵਧੀਆ ਸਮਾਂ ਕਿੱਥੇ ਹੋਣਾ ਆ। ਅਸੀਂ ਫਿਰ ਵੀ ਕਹਿ ਦਿੰਦੇ ਹਾਂ ਕਲਯੁੱਗ ਆ ਗਿਆ, ਸਤਯੁੱਗ ਆ। ਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ, ਤੇਰੇ ਮਨ 'ਚ ਇਹ ਚੀਜ਼ਾਂ ਨਹੀਂ ਆਉਣੀਆਂ ਚਾਹੀਦੀਆਂ। ਜਦੋਂ ਤੇਰੇ ਅੰਦਰ ਨੈਗੇਟਿਵਿਟੀ ਹੁੰਦੀ ਆ ਫਿਰ ਹੀ ਤੂੰ ਕਲਯੁੱਗ ਦੀ ਗੱਲ ਕਰਦਾ ਆ। ਜਦੋਂ ਅਸੀਂ ਸ਼ਬਦ ਪੜ੍ਹਦੇ ਨਾ ਕੱਲ ਆਈ ਕੁੱਤੇ ਮੂੰਹੀ, ਉਹ ਜਦੋਂ ਅਸੀਂ ਉਹਦੇ ਲੱਛਣਾਂ ਦੀ ਗੱਲ ਕਰਦੇ ਹਾਂ, ਉਹਦੇ ਨਿਸ਼ਾਨੀਆਂ ਦੀ ਗੱਲ ਕਰਦੇ ਹਾਂ, ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਮਨੁੱਖ ਜਦੋਂ ਤੇਰੇ ਤੇ ਜਾਨਵਰ ਦੇ ਵਿੱਚ ਕੋਈ ਫਰਕ ਨਾ ਰਹਿ ਜਾਵੇ, ਉਦੋਂ ਸਮਝ ਲਓ ਕੀ ਹੋ ਗਿਆ, ਕਲਯੁੱਗ ਆ ਗਿਆ। ਇੱਕ ਲੱਕੜਹਾਰਾ ਹੁੰਦਾ ਕਹਿੰਦੇ, ਤੇ ਉਹ ਲੱਕੜਾ ਕੱਟ ਕੇ ਘਰ ਨੂੰ ਜਾ ਰਿਹਾ ਹੁੰਦਾ ਆ। ਜਦੋਂ ਰਸਤੇ ਵਿੱਚ ਜੋ ਉਹਨੂੰ ਕੋਈ ਜਾਨਵਰ ਕੱਟ ਲੈਂਦਾ ਆ, ਤੇ ਜਦੋਂ ਘਰ ਪਹੁੰਚਦਾ ਆ
ਤੇ ਉਹਦੀ ਧੀ ਉਹਨੂੰ ਦੇਖ ਕੇ ਬੜਾ ਚੁਕੰਨੀ ਹੁੰਦੀ ਆ, ਬੜੀ ਅਲਰਟ ਹੁੰਦੀ ਆ। ਉਹ ਆਖਦੀ ਆ ਕਿ ਬਾਪੂ ਜੀ ਆ ਕੀ ਹੋ ਗਿਆ। ਉਹ ਆਖਦੇ ਆ ਕਿ ਮੈਨੂੰ ਕਿਸੇ ਕੁੱਤੇ ਨੇ ਕੱਟ ਲਿਆ, ਖੂਨ ਨਿਕਲ ਰਿਹਾ ਆ, ਬਲੱਡ ਨਿਕਲ ਰਿਹਾ, ਬਲੀਡਿੰਗ ਹੋ ਰਹੀ ਆ। ਤੇ ਉਹ ਆਖਦੇ ਆ ਬਾਪੂ ਜੀ ਜੇ ਤੁਹਾਨੂੰ ਕੁੱਤੇ ਨੇ ਕੱਟਿਆ ਸੀ ਤਾਂ ਤੁਸੀਂ ਵੀ ਉਹਨੂੰ ਕੱਟ ਲੈਂਦੇ। ਤੇ ਉਹ ਮੁਸਕਰਾ ਕੇ ਆਖਣ ਲੱਗੇ ਕਹਿੰਦੇ ਪੁੱਤਰ ਉਹਨੂੰ ਮੈਂ ਕੱਟ ਤਾਂ ਸਕਦਾ ਸੀ। ਕਹਿੰਦੇ ਤੁਸੀਂ ਕੱਟਿਆ ਕਿਉਂ ਨਹੀਂ? ਕਹਿੰਦੇ ਮੈਂ ਕੁੱਤਾ ਨਹੀਂ ਆ, ਦੰਦ ਮੇਰੇ ਵੀ ਨੇ। ਅਸੀਂ ਕਹਿੰਦੇ ਨਾ ਕਰਤੂਤ ਪਸ਼ੂ ਕੀ ਮਾਨਸ ਜਾਤ। ਅੱਜ ਮਨੁੱਖ ਮਨੁੱਖ ਨੂੰ ਕੱਟਦਾ ਪਿਆ ਆ, ਅੱਜ ਮਨੁੱਖ ਮਨੁੱਖ ਨੂੰ ਮਾਰਨ ਦੀਆਂ ਜਿਹੜੀਆਂ ਸਾਜਿਸ਼ਾਂ ਰਚ ਰਿਹਾ ਆ, ਅੱਜ ਮਨੁੱਖ ਮਨੁੱਖ ਨੂੰ ਖਤਮ ਕਰਨ ਦੀਆਂ, ਮਨੁੱਖ ਮਨੁੱਖ ਨੂੰ ਜਿਹੜਾ ਤਬਾਹ ਕਰਨ ਦੀਆਂ ਗੱਲਾਂ ਕਰਦਾ ਹੈ। ਇਹੀ ਤਾਂ ਕਲ ਯੁੱਗ ਹੈ। ਕੱਲ ਆਈ ਕੁੱਤੇ ਮੂਈ। ਜਦੋਂ ਮਨੁੱਖ ਦਾ ਤੇ ਕੁੱਤੇ ਦੇ ਵਿੱਚ ਕੋਈ ਫਰਕ ਨਾ ਰਵੇ ਸਤਸੰਗ ਜੀ, ਸੋਰੀ ਟੂ ਸੇ, ਇਹ ਭਾਈ ਗੁਰਦਾਸ ਜੀ ਆਖ ਰਿਹਾ, ਮੈਂ ਨਹੀਂ ਆਖਦਾ। ਜਦੋਂ ਸਾਡੀਆਂ ਹਰਕਤਾਂ ਜਾਨਵਰਾਂ ਵਾਲੀਆਂ ਹੋ ਜਾਂਦੀਆਂ ਨੇ ਫਿਰ ਕਲਯੁਗ ਆ ਜਾਂਦਾ ਹੈ। ਫਿਰ ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ ਟਾਈਮ ਆਫ ਕਲਯੁਗ। ਭਾਈ ਗੁਰਦਾਸ ਜੀ, ਭਾਈ ਗੁਰਦਾਸ ਜੀ ਸਾਨੂੰ ਕੀ ਦੱਸਦੇ ਨੇ? ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਿਆਈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਦਾਸੀਆਂ ਸ਼ੁਰੂ ਕੀਤੀਆਂ, ਕਾਹਦੇ ਲਈ ਕੀਤੀਆਂ? ਲੋਕਾਂ ਦਾ ਦੁੱਖ ਦਰਦ ਦੂਰ ਕਰਨ ਦੇ ਲਈ ਕੀਤੀਆਂ, ਕਿਉਂਕਿ ਉਹ ਵੀ ਤਾਂ ਦੱਸਦੇ ਨੇ ਉਹਨਾਂ ਦੇ ਸਮੇਂ ਹੀ ਤਾਂ ਕਲਯੁਗ ਆ। ਜੇ ਅਸੀਂ ਅੱਜ ਕਲਯੁਗ ਆਖਦੇ ਹਾਂ, ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਕੀ ਸੀ? ਬਾਬੇ ਨਾਨਕ ਤੋਂ ਬਾਅਦ, ਬਾਬੇ ਨਾਨਕ ਦੀਆਂ ਉਦਾਸੀਆਂ ਤੋਂ ਬਾਅਦ ਅਸੀਂ ਆਪਣੇ ਆਪ ਚ ਕੀ ਚੇਂਜ ਕੀਤਾ? ਆਪਣੇ ਆਪ ਚ ਅਸੀਂ ਮਤਲਬ ਕਿ ਆਪਣੇ ਆਪ ਚ ਅਸੀਂ ਕੀ ਚੇਂਜ ਕਰਕੇ ਕੀ ਲੈ ਕੇ ਆਉਂਦਾ? ਬਾਬੇ ਨੇ ਉਦਾਸੀਆਂ ਕੀਤੀਆਂ ਸੀ ਸਾਨੂੰ ਚੰਗਾ ਹੋਣ ਦੇ ਲਈ, ਕਿ ਅਸੀਂ ਆਪਣੀ ਸੋਚ ਨੂੰ ਬਦਲੀਏ, ਆਪਣੇ ਆਪ ਨੂੰ ਬਦਲੀਏ। ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਿਆਈ। ਬਾਬੇ ਨਾਨਕ ਨੇ ਉਦਾਸੀਆਂ ਇਸ ਕਰਕੇ ਕੀਤੀਆਂ ਕਿਉਂਕਿ ਉਹਨਾਂ ਨੂੰ ਇਹ ਸਾਰੀ ਸ੍ਰਿਸ਼ਟੀ ਜਿਹੜੀ ਆ ਇੱਕ ਕਲਯੁਗ ਜਾਪੀ, ਵੀ ਲੋਕ ਜਿਹੜੇ ਆ ਇੱਕ ਦੂਜੇ ਨੂੰ ਖਾ ਰਹੇ ਨੇ, ਲੋਕਾਂ ਦੇ ਵਿੱਚ ਧਰਮ ਜਿਹੜਾ ਆ ਉੱਡ ਗਿਆ, ਪੰਛੀਆਂ ਦੇ ਵਾਂਗ ਖੰਭ ਲਾ ਕੇ ਉੱਡ ਗਿਆ। ਵਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਕਹਿੰਦੇ ਉਹਨਾਂ ਨੂੰ ਪਤਾ ਲੱਗਾ ਵੀ ਇਹਨਾਂ ਕੋਲ ਗੁਰੂ ਨਹੀਂ ਕੋਈ, ਗੁਰੂ ਭਾਵ ਕੇ ਸ਼ਬਦ ਨਹੀਂ ਕੋਈ, ਇਹਨਾਂ ਨੂੰ ਚੰਗੇ ਰਸਤੇ ਤੇ ਤੋਰਨ ਵਾਲਾ ਕੋਈ ਇਨਸਾਨ ਨਹੀਂ ਗਾ। ਲੋਕੀ ਮਰ ਰਹੇ ਨੇ, ਇੱਕ ਦੂਜੇ ਨੂੰ ਮਾਰਨ ਦੀਆਂ ਸਾਜਿਸ਼ਾਂ ਕਰ ਰਹੇ ਨੇ। ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ। ਬਾਹਮਣ ਆਖਦਾ ਆ ਧਰਮੀ ਮੈਂ ਆ, ਤੇ ਮੌਲਵੀ ਆਖਦਾ ਆ ਧਰਮੀ ਮੈਂ ਆ। ਬਾਹਮਣ ਆਖਦਾ ਹੈ ਕਿ ਮੇਰਾ ਧਰਮ ਵੱਡਾ ਹੈ, ਤੇ ਮੌਲਵੀ ਆਖਦਾ ਹੈ ਕਿ ਮੇਰਾ ਧਰਮ ਵੱਡਾ ਹੈ। ਗੁਰੂ ਪਾਤਸ਼ਾਹ ਕਹਿੰਦੇ ਮਨੁੱਖ ਤੈਨੂੰ ਸਮਝਣ ਦੀ ਲੋੜ ਆ, ਅੱਜ ਧਰਮ ਵੱਡਾ ਹੈ ਜਾਂ ਮਨੁੱਖ ਵੱਡਾ ਹੈ? ਜੇ ਧਰਮ ਵੱਡਾ ਹੈ ਤਾਂ ਤੂੰ ਮਨੁੱਖ ਨੂੰ ਕਿਉਂ ਮਾਰਦਾ? ਧਰਮ ਤਾਂ ਨਹੀਂ ਆਖਦਾ ਕਿ ਕਿਸੇ ਦਾ ਖਾਤਮਾ ਕਰ। ਜੇ ਮਨੁੱਖ ਵੱਡਾ ਹੈ ਤਾਂ ਮਨੁੱਖ ਤੈਨੂੰ ਪਤਾ ਹੋਣਾ ਚਾਹੀਦਾ ਤੇਰਾ ਧਰਮ ਤੈਨੂੰ ਕੀ ਸਿਖਾਉਂਦਾ ਆ, ਤੈਨੂੰ ਕੀ ਸਿੱਖਿਆ ਦਿੰਦਾ ਆ, ਤੇਰੇ ਅੰਦਰ ਗੁਰੂ ਜੀ ਨੇ ਤੈਨੂੰ ਕਿੰਨੀਆਂ ਮੋਰਲ ਵੈਲਿਊਜ਼ ਦਿੱਤੀਆਂ ਨੇ। ਬਹੁਤ ਜ਼ਿਆਦਾ ਜਿਹੜਾ ਕਲਯੁਗ ਦਾ ਸਮਾਂ, ਮਨੁੱਖ ਧਰਮ ਦੇ ਕਰਕੇ ਲੜਾਈਆਂ ਕਰਦਾ ਆ, ਆਪਣੀ ਉੱਚੀ ਜਾਤ ਕਰਕੇ ਲੜਾਈਆਂ ਕਰਦਾ ਆ। ਸਤਸੰਗ ਜੀ, ਜਦੋਂ ਅਸੀਂ ਕਹਿੰਦੇ ਕਿ ਮੇਰਾ ਧਰਮ ਵੱਡਾ ਆ, ਬਾਬਾ ਨਾਨਕ ਤਾਂ ਕਹਿੰਦਾ ਆ ਸਭ ਤੋਂ ਵੱਡਾ ਕੌਣ ਆ, ਕਿਹੜਾ ਵੱਡਾ ਇਸ ਸੰਸਾਰ ਤੇ? ਸੋ ਵੱਡਾ ਜਿਨ ਰਾਮ ਲਿਵਲਾਈ। ਸਭ ਤੋਂ ਵੱਡਾ ਉਹ ਆ ਜਿਹੜਾ ਪਰਮਾਤਮਾ ਦੇ ਨਾਲ ਲਿਵਲਾ ਲੈਂਦਾ ਆ, ਪਰਮਾਤਮਾ ਦੀ ਬਾਣੀ ਨੂੰ ਪੜ੍ਹ ਕੇ ਪਰਮਾਤਮਾ ਦੇ ਅਨੁਸਾਰ, ਬਾਣੀ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਸਪੈਂਡ ਕਰਦਾ ਆ, ਉਹ ਵੱਡਾ ਆ। ਧਰਮ ਜਿਹੜੇ ਆ, ਧਰਮ ਇੱਕ ਇੱਕ ਅਸੀਂ ਰਸਤਾ ਬਣਾ ਲਿਆ ਆ ਵੀ ਸਾਡਾ ਧਰਮ ਵੱਡਾ ਆ। ਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ, ਸਭੈ ਸਾਂਝੀ ਵਾਲ ਸਦਾਈ, ਕੋਈ ਨਾ ਦਿਸੈ ਵਾਰਾ ਜੀਓ। ਜਦੋਂ ਤੁਸੀਂ ਇਸ ਕਰਕੇ ਜੀਨੇ ਹੋ ਕਿ ਮੇਰਾ ਧਰਮ ਵੱਡਾ ਹੈ, ਮੇਰੀ ਜਾਤ ਵੱਡੀ ਹੈ, ਸਮਝ ਲਓ ਇਹ ਕਲਯੁਗ ਕਿਤੇ ਨਹੀਂ ਗਿਆ। ਕਲਯੁਗ ਜਿਹੜਾ ਤੁਹਾਡੇ ਅੰਦਰ ਹੀ ਵਸ ਰਿਹਾ, ਤੁਹਾਡੀ ਥਿੰਕਿੰਗ, ਤੁਹਾਡੀ ਜਿਹੜੀ ਸਾਰਾ ਕੁਝ ਤੁਹਾਡਾ ਇਹ ਕਲਯੁਗੀ ਹੈ। ਜਦੋਂ ਤੁਹਾਨੂੰ ਸਾਰੀ ਲੁਕਾਈ ਜਿਹੜੀ ਆ ਉਹ ਪਰਮਾਤਮਾ ਦਾ ਰੂਪ ਦਿਸੇਗੀ, ਉਦੋਂ ਸਮਝ ਲੈਣਾ ਕਿ ਪਰਮਾਤਮਾ ਨੇ ਕਲਯੁਗ ਤੇ ਸਤਯੁਗ ਤ੍ਰੇਤਾ ਤੇ ਦੁਆਪਰ ਇਹ ਪੈਦਾ ਹੀ ਨਹੀਂ ਕੀਤੇ, ਇਹ ਪਰਮਾਤਮਾ ਨੇ ਮੈਨੂੰ ਪੈਦਾ ਕੀਤਾ ਸੀ। ਇਸੇ ਲਈ ਸਮਝਣ ਲਈ ਮਨੁੱਖ ਤੈਨੂੰ ਪਤਾ ਲੱਗ ਜਾਵੇ ਵੀ ਸਮਾਂ ਜਿਹੜਾ ਆ ਉਹ ਬਦਲਦਾ ਆ। ਪਰ ਅਸੀਂ ਅੱਜ ਕੀ ਕਰਦੇ ਹਾਂ ਸਤਸੰਗ ਜੀ? ਅਸੀਂ ਅੱਜ ਉੱਥੇ ਹੀ ਖਲੋਤੇ ਹਾਂ। ਗੁਰੂ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਵਾਰ ਵਾਰ ਆਖਦੀ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਕੀ ਕੀਤਾ ਸੀ? ਗੁਰੂ ਪਾਤਸ਼ਾਹ ਨੇ ਉਦਾਸੀਆਂ ਕੀਤੀਆਂ ਸੀ, ਭੇਖ ਧਾਰਨ ਕਰਕੇ ਉਦਾਸੀਆਂ ਕੀਤੀਆਂ ਸੀ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਲੋਕਾਂ ਦੇ ਵਿੱਚ ਜਿਹੜੇ ਦੁੱਖ ਦਰਦ ਸੀ, ਜਿਹੜੀਆਂ ਏਦਾਂ ਦੀਆਂ ਗੱਲਾਂ ਸੀ, ਕਲਯੁਗ ਸੀ, ਸਤਯੁਗ ਸੀ, ਉਹਨਾਂ ਨੂੰ ਦੂਰ ਕਰਨ ਲਈ ਬਾਬੇ ਨਾਨਕ ਨੇ ਇਹ ਸਾਰੀ ਰੀਤ ਚਲਾਈ। ਫਿਰ ਅੱਗੇ ਕਲਯੁਗ ਚੰਗਾ ਹੈ ਜਾਂ ਬੁਰਾ ਹੈ, ਗੁੱਡ ਔਰ ਬੈਡ,
सतसंग जी असी सतयुग देखिया, असी त्रेता देखिया, असी दुआपर देखिया, उन्हें भी लोग चंगा आखते हैं ते कलयुग नूं भी चंगा आखदे आ। सतयुग त्रेता द्वापर भणिया कलयुग ऊतमो जुगा माहे, एह कर करै सो एह कर पाए कोई ना पकड़िया किसै थाए। सब तो वधिया जिहड़ा समां उह कहिंदे कलयुग दा आ, भाव के जो तुहाडे अखां दे सामने हो रहा आ। असी सतयुग नूं कित्थों देखिया आ, असी त्रेते नूं कित्थों देखिया आ, असी द्वापर नूं कित्थों देखिया आ। जिहड़ा मनुख जिस तरह के कर्म करता है ना सतसंग जी, वह उस तरह का ही उसनु कर्म फल मिलता है। एह कर करे सो एह कर पाए कोई ना पकड़िए किसे ताए, किसी की जगह पर किसी सजा नहीं मिलती। गुरु पातशाह ने सतसंग जी ये सानू दसिया भी कलयुग जिहड़ा चंगा, कलयुग भाव के जिहड़ा तुहाडे सामने तुहाडियां अखां दे सामने जो कुछ हो रहा, इत्थे कलयुग का भाव गुरु पातशाह जी ने तुहाडे सामने जो प्रेजेंट टाइम है उहदी गल कीती है। कलयुग भाव यह नहीं कि आने वाला समा असी वी डोंट नो अबाउट द टमारो, असी उहदे बारे की जानने हैं। टमारो नैवर कम्स, कदे आउंदा ही नहीं। साडा अगला पल सानू मिलना कि नहीं मिलना सानू नहीं पता। प्रेजेंट टाइम जिहड़ा किसे तरह का भी कर्म करता है उस तरह का ही सतसंग जी उहनू फल मिलता है। अगे गुरु पातशाह जी की कहिंदे, ओवरकमिंग कलयुग। गुरु नानक पातशाह जी इस संसार दे उत्ते आए, गुरु नानक पातशाह जी ने उदासियां कीतियां ते सानू एक इस संसार तो तारन दे लई, इस संसार समुद्र नू पार करन दे लई सानू एक की दिता, सतनाम दिता जो अज साडे कोल है। कलयुग बाबे तारिया सतनाम पड़ मंत्र सुनाया, कल तारण गुरु नानक आया। गुरु नानक पातशाह जी इस डुबदे संसार विच लोकां नू बचाउण लई आए सी कि उन्हां नू पता सी वी इह समां तुहानू जिहड़ा आ उह वार वार नहीं मिलना, इको समां जिहड़ा तुहानू अज मिलिया आ। भई प्राप्त मनुख दे हरिया गुमन मिलन की ए तेरी वरिया। बाबे नानक ने सानू सतनाम पड़ मंत्र सुनाया, सानू अज साडे कोल मंत्र आ, सतनाम मंत्र आ। असी सतनाम सतनाम करिया करिए, सतनाम भाव के उसका नाम सदा अटल है। इहदा मीनिंग के मेरा नाम जी, मेरे नाम की एग्जिस्टेंस जिहड़ी आ उह सदा रहने वाली नहीं, वह एक दिन खत्म होने वाली आ। जेकर चाहते हैं कि साड़ी एग्जिस्टेंस जिहड़ा नाम सदा लई बनिया रहे तां असी परमात्मा की बंदगी करिए। जिदा भाई महाराज सिंह जी साडे कोल ने, बाबा बुढ़ा जी साडे कोल ने, उन्हां दा नाम इस संसार के उपर है। किस करके है? सतनाम पढ़ मंत्र सुनाया। गुरु पातशाह कहिंदे सतनाम दिता है, साडे कोल गुर मंत्र है, साडे कोल मूल मंत्र है। गुरु पातशाह जी ने मंत्र भी सानू दे दिता इस कलयुग दे उत्तों इस संसार तों पार उतारा करन दे लई। फिर अगे गुरु पातशाह कहिंदे होर की हो सकता है, कहिंदे नाम जपना अते सात संगत। क्योंकि असी पार भी तो होना है ना कलयुग की, असी गल कर ली भी कलयुग किदां साडे प्रभाव पाउंदा आ, समा किदां सानू जिहड़ा कैप्चर करदा आ। कहिंदे नाम जप के जिहड़ा आ तू परमात्मा की प्राप्ति कर सकता है। काल नाही जोग नाही नाही सतका टब धान छट जग प्रिष्ट होए, लूभता इव जग कल मैं राम नाम सार। इस संसार दे उपे साथ साथ संगत जी एक परमात्मा का नाम ही है जो साड़ी सार लैंदा है, जो इस समुद्र तो सानू पार लंघा लवेगा। असी हर रोज कीर्तन करते हैं, हर रोज बाणी पढ़ते हैं, बाणी सानू हर रोज मोटिवेशन दिंदी है। किस तरह की? कलयुग में कीर्तन प्रधाना गुरमुख जपिया लाए ध्याना, कीर्तन भाव के परमात्मा की कीर्ति करनी, परमात्मा के गुणा नू गायन करना, यो तो है कीर्तन प्रधाना भी उही प्रधान है। मनुख परमात्मा का नाम जपया कर, कलयुग कोई समा नहीं, तेरी सोच तेरी थिंकिंग यही तेनू कलयुग बनाउंदी है, यही तेनू सतयुग बनाउंदी है। फिर लास्ट विच गुरु पातशाह कहिंदे जिन्नी नाम ते आया गए मशक्कत काल, नानक तेम कोजले केती छुट्टी नाल। इस कलयुग दे विचों निकलण दे लई तेनू परमात्मा दे नाम जपना पवेगा। परमात्मा का नाम ही है कल मैं राम नाम सार। इस संसार तो समुद्र तो पार करने दे लई परमात्मा ने सानू एक नाम दिता आ। फिर गुरु पातशाह जी सानू लास्ट विच समझाउणा करदे ने, कहिंदे मनुख तेनू पता होना चाहीदा आ भी जिहड़ा साडा अज दा मैसेज है सतसंग जी भी साडी जिंदगी जिहड़ी आ उह कलयुग क्यों आ, साडी जिंदगी दे विच कलयुग क्यों आ गया, लाइफ इन कलयुग। सानू पता तो होना चाहिए किस करके कहड़ियां गल्लां करके। गुरु पातशाह कहिंदे सब तो पहला तेरी स्वार्थी सोच करके, क्योंकि तू सिर्फ अपने लिए जीना है। कलयुग तेरे लिए वो आ, जदों असी सारे लिए जीवांगे, जदों असी कहांगे मेरा मुझ मैं किच नहीं, जो कुछ है सो तेरा, तेरा तुझको सौंपते,
क्या लग गया मेरा, क्योंकि अज मनुख की चाहता है जो मैं क्या वह होना चाहिए आ, जो मैं बोल रहा हाँ वो तो भी जी गल इधर उधर नहीं होनी चाहिए। स्वार्थी सोच है ना, ओके असी सिर्फ अपने बारे सोच रहे हैं। गुरु पातशाह कहते अवगुणा वेखण करके तू दूजे के औगुणा वाल देखता है, ते गुरु पातशाह कहते ये कलयुग तेरे अंदर ही वर्त रहा है। कलयुग कितने दूर नहीं, कितने वह दूर घर नहीं, कितने वो पक्की अकोमोडेशन नहीं, वो तेरे अंदर ही आ, तेरे सोच विच आ, तेरे विचारां दे विच आ। तो दूजे के औगुणा क्यों वेखदा है? बाबा फरीद जी तो सानू सामने कहिंदे ने, रिंदा चेतू अकल लतीफ काले लिख ना लेख, आप नड़े गिरीवान में सिर नीवा कर वेख। कहिंदे अपने वाल भी तो देख, दूजे के औगुणा वाल देखदा आ, यही तो कलयुग है। असीं दूजिआं नूं जज करन की कोशिश करदे आ, उह कहिंदे परखणा आया जै तूं अपने आप नूं परख, नानक परखै आपको ता पारख जाण। अपने आप नूं परख, अपने आप नूं सवार। झूठ बोलने करके साड़ी जिंदगी कलयुग हुई है, असीं झूठ बोलदे हाँ। पराया हक खाण करके, हक पराया नानका उस सूर उस गाए। साडा पराया हक खाण करके साड़ी जिंदगी कलयुग आ, अज्ञानता करके, इग्नोरेंस करके, होमे करके। ये सत्संग जी साड़ी जिंदगी दे विच ये चीजा ने, जो साड़ी ये चीजा बैलेंस दे विच हो जाएगी ना, साड़ी जिंदगी साड़ा आया जड़ा आ वो सत्संग जी सफला हो जाएगा। साड़ा अज का मैसेज एहो आ, असी अपने आप नूं चेंज करिए, कलयुग बारे ना सोचिए। कलयुग जो है वो साड़ी अपनी माइंड की अवस्था है, साड़ी माइंड की थिंकिंग है, साड़े विचार ने, साड़ी सोच आ, जो भी कुछ है वो साड़े अंदरों ही पैदा होंदा है। जे कलयुग आखना है तो समझ लेना कि असी अजे कलयुग जी रहे हैं। कलयुग वाली सोच साड़ी नहीं होनी चाहिए, जो साड़ी सोच सतयुग वाली होगी, साड़े अंदर संतोख पैदा हो गया, साड़े अंदर प्यार पैदा हो गया, साड़े अंदर जड़ी आ इक्वैलिटी पैदा होगी, समानता पैदा होगी। सतसंग जी गुरु पातशाह जी कहें फिर तेरा उस परमात्मा नाल मिलाप हो जाएगा। एक गल याद रख, कलयुग जड़ा तेरा अपना ही क्रिएट किया आ, वह परमात्मा ने क्रिएट नहीं किया। सतसंग जी ये साड़ा अज का लैसन सी, बोलदियां तो बहुत सारिया गलतियां हो जांदियां। साध संगत जी आप बख्शना आ रहे हो क्योंकि परमात्मा सतसंगत दे विच वसदा है, ते उन बोलदियां बहुत सारिया गलतियां हो गई, ते प्लीज अपना बच्चा जान के माफ कर दियो जी। थैंक यू सो मच। मैं हुण स्टॉप शेयरिंग करदा हां, प्लीज किसी कोल भी कोई प्रश्न है तां तुसीं चैट बॉक्स में सेंड कर दियो। थैंक यू वेरी मच जी। गुरदेश भैन जी प्लीज तुसी अनम्यूट करो। वाहिगुरु जी का खालसा, वाहिगुरु जी की फतेह। मास्टर जी, वाहिगुरु जी का खालसा, वाहिगुरु जी की फतेह। भैन जी या इट्स अ ब्यूटीफुल लेक्चर। आई ऑलवेज हैड अ मिसकंसेप्शन अबाउट कलयुग, टुडे इट बिकेम वेरी क्लियर। थैंक यू वेरी मच, यू हैव ब्यूटीफुली एक्सप्लेन। एक्चुअली इट्स इन आवर, जी भैन जी, वी डिसाइड इन आवर माइंड, इन आवर बिहेवियर, जी वी टेंड टू ब्लेम द आउटसाइड जी भैन जी। या थैंक यू वेरी मच मास्टर। थैंक यू गुरदेश भैन जी, थैंक यू जी। दीवीर जी तुसी भी प्लीज अनम्यूट करो। वाहेगुरु जी का खालसा, वाहेगुरु जी की फतेह। खालसा, वाहेगुरु जी की फतेह। वीर जी जैसे जिन्नी मेनू समझ आई है, रिगार्डलेस ऑफ द वेल वेदर इज कल जो सत सत जो व्हाटएवर इट इज, द मोस्ट इम्पोर्टेंट इज टू कनेक्ट विद गुरबाणी जी। इफ यू कनेक्ट विद गुरबाणी ऑल दिस आर इररिलेवेंट जी। इन द एंड बाणी इज गुरु, गुरु हैज बाणी जी। वाहिगुरु जी का खालसा, वाहिगुरु जी की फतेह। बिल्कुल जी, क्योंकि जो असीं बाणी नूं मनदे आ फिर सारा कुछ विच आ जांदा। जिद्दां वीर जी ने बड़ी सोहणी सानूं कोटेशन दित्ती है, बाणी गुरु गुरु है बाणी, विच बाणी अमृत सारे, गुरबाणी कहे सिप जन मन है, प्रतख गुरु निस्तारे। बिल्कुल वीर जी, थैंक यू जी। जसमिंदर भैन जी तुसी प्लीज अनम्यूट करो। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਆਪਾਂ ਕਿਸੇ ਦੀ ਔਗਣ ਨਹੀਂ ਦੇਖਣੇ, ਝੂਠ ਨਹੀਂ ਮਾਰਨਾ, ਸੱਚ ਬੋਲਣਾ ਹੈ, ਤੇ ਸਾਰਿਆਂ ਨਾਲ ਪਿਆਰ ਤੇ ਸੰਤੋਖ ਨਾਲ ਰਹਿਣਾ ਹੈ ਜੀ। ਤੇ ਜੀ ਭੈਣ ਜੀ ਨਾਮ ਜਪਣਾ ਹੈ, ਗੁਰਬਾਣੀ ਨਾਲ ਜੁੜਨਾ ਹੈ
ਫਿਰ ਆਪਾਂ ਕਹਿੰਦੇ ਆਪਾਂ ਸਤਿਯੁਗ ਵਿੱਚ ਹੈ। ਜੀ ਭੈਣ ਜੀ, ਆਪਾਂ ਝੂਠ ਬੋਲਾਂਗੇ ਤੇ ਕਿਸੇ ਦਾ ਹੱਕ ਮਾਰਾਂਗੇ ਫਿਰ ਆਪਾਂ ਕਲਯੁਗ ਵਿੱਚ ਰਹਿੰਦੇ। ਜੀ ਭੈਣ ਜੀ ਬਿਲਕੁਲ ਜੀ, ਇੱਥੋਂ ਸਮਝ ਆਈਏ। ਹਾਂਜੀ, ਚੰਗੇ ਮਨੁੱਖ ਦੀ, ਇੱਕ ਸਚਿਆਰ ਮਨੁੱਖ ਦੀ ਘਾਟ ਘੜਨੀ ਸੀ। ਇੱਕ ਆਈਡੀਅਲ ਪਰਸਨ ਜਿਹੜਾ ਆ, ਜਿੱਦਾਂ ਅਸੀਂ ਕਹਿੰਦੇ ਹਾਂ, ਜੇ ਸਾਨੂੰ ਕੋਈ ਪੁੱਛ ਲਏ ਤੁਹਾਡਾ ਆਈਡੀਅਲ ਕੌਣ ਆ, ਠੀਕ ਹੈ, ਅਸੀਂ ਕਹਿੰਦੇ ਹਾਂ ਸਾਡੇ ਆਈਡੀਅਲ ਜਿਹੜੇ ਆ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਜੀ ਤੱਕ ਅੱਜ ਸਾਡੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ। ਕਿਉਂਕਿ ਉਹਨਾਂ ਨੇ ਸਾਨੂੰ ਉਦਾਸੀਆਂ ਦੇ ਦੌਰਾਨ, ਆਪਣੀਆਂ ਗੋਸ਼ਟੀਆਂ ਦੇ ਦੌਰਾਨ ਸਾਨੂੰ ਬਹੁਤ ਕੁੱਝ ਸਿਖਾਇਆ ਹੈ। ਥੈਂਕ ਯੂ ਜਸਵਿੰਦਰ ਭੈਣ ਜੀ, ਥੈਂਕ ਯੂ ਜੀ। ਹਰਚਰਨ ਸਰ ਜੀ, ਤੁਸੀਂ ਵੀ ਪਲੀਜ਼ ਅਨਮਿਊਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਸਰ। ਕਲਯੁਗ ਇਸ ਵੇਨ ਫੋਰਗੇਟ ਯੂ ਕੰਪਲੀਟਲੀ ਗੁਰੂ ਜੀ, ਦੈਟਸ ਮਾਈ ਕਨਸੈਪਸ਼ਨ ਆਫ ਕਲਯੁਗ। When we are thinking of ourselves, we forget about God. When we forget God, that's the time when we do all the wrong things in our life. When I'm doing everything according to Guru Bani, that is Satyog. When Pani Ele said, thank you very much. Ji. Vaheguru Ji Ka Khalsa, Vaheguru Ji Ki Fateh. Vaheguru Ji Ki Fateh Ji. Yeah, Viji Ji Ne Badi Soni Quotation Vi Sanu Dass Ditti Aa. Kyunki Jadon Assi Kehne Aa Ki Kaljug Ki Aa, ਜਿੱਦਾਂ ਵੀਰ ਜੀ ਨੇ ਦੱਸਿਆ ਵੀ ਰੱਬ ਨੂੰ ਭੁੱਲ ਜਾਣਾ ਹੀ ਜਿਹੜਾ ਆ ਉਹ ਕਲਯੁਗ ਹੁੰਦਾ ਆ। ਜਦੋਂ ਰੱਬ ਯਾਦ ਆ ਜਾਂਦਾ ਸਾਨੂੰ ਤੇ ਫਿਰ ਸਾਨੂੰ ਸਾਰਾ ਕੁਛ ਚੰਗਾ ਲੱਗਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਨੂੰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਉਹਨਾਂ ਦੀ ਬੜੀ ਸੋਹਣੀ ਇੱਕ ਪਿਆਰੀ ਕੋਟੇਸ਼ਨ ਆ, ਉਹ ਕਹਿੰਦੇ ਨੇ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੈਤੁੱਧ ਭਗਵੰਤਾ, ਮੋ ਰਹਿਣ ਨਾ ਵਿਹਾਵੈ ਮੋ ਨੀਂਦ ਨਾ ਆਵੈ, ਬਿਨ ਦੇਖੈ ਗੁਰ ਦਰਬਾਰੇ ਜੀਓ। ਜਿੰਨਾ ਚਿਰ ਮੈਂ ਤੁਹਾਡੇ ਦਰਸ਼ਨ ਨਾ ਕਰ ਲਾਂ, ਜਿੰਨਾ ਚਿਰ ਮੈਂ ਬਾਣੀ ਨਾ ਪੜ੍ਹ ਲਾਂ, ਜਿੰਨਾ ਚਿਰ ਬਾਣੀ ਦੇ ਅਕੋਰਡਿੰਗ ਮੈਂ ਆਪਣੀ ਜ਼ਿੰਦਗੀ ਨਾਲ ਆਪਣੀ ਬਤੀਤ ਕਰਾਂ, ਸਪੈਂਡ ਕਰਾਂ, ਉਹਨਾਂ ਚਿਰ ਮੇਰੇ ਲਈ ਕਲਯੁਗ ਹੈ। ਥੈਂਕ ਯੂ ਹਰਚਰਨ ਸਰ ਜੀ, ਥੈਂਕ ਯੂ ਜੀ। ਗੁਰਮੀਤ ਭੈਣ ਜੀ, ਤੁਸੀਂ ਵੀ ਪਲੀਜ਼ ਅਨਮਿਊਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਮਾਸਟਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਵੈਰੀ ਬਿਊਟੀਫੁਲ ਲੈਕਚਰ, ਨਾਓ ਆਈ ਅੰਡਰਸਟੈਂਡ ਮਾਈਸੈਲਫ ਵਾਟ ਇਜ਼ ਕਲਯੁਗ। ਬਿਕੋਜ਼ ਵੈਨ ਪੀਪਲ ਯੂਸ ਟੂ ਸੇ ਸਮਾਂ ਨਹੀਂ ਚੰਗਾ, ਯੂ ਨੋ ਕਲਯੁਗ ਬਣ ਵਾਲਾ, ਆਈ ਯੂਸ ਟੂ ਫੀਲ ਵਾਟ ਇਜ਼ ਕਲਯੁਗ, ਯੂ ਨੋ ਐਸ ਅ ਚਾਈਲਡ ਐਸ ਆਈ ਗਰੂ ਅਪ ਆਈ ਨੈਵਰ ਅੰਡਰਸਟੂਡ ਦੈਟ ਵਾਟ ਵਾਸ ਦ ਮੀਨਿੰਗ ਔਰ ਵਾਟ ਇਜ਼ ਦ ਵਾਈ ਦੇ ਸੇ ਸਚ ਥਿੰਗਸ। ਸੋ ਮੈਂ ਸੋਚਣਾ ਕਿ ਇਹ ਵਟ ਇਜ਼ ਇਟ ਗੋਇੰਗ ਟੂ ਬੀ ਸਮ ਬੈਡ ਥਿੰਗਸ ਹੈਪਨਿੰਗ ਔਰ ਬਟ ਦੇਰ ਇਜ਼ ਗੋਇੰਗ ਟੂ ਬੀ ਲਾਈਕ ਐਂਡ ਆਫ ਦ ਵਰਲਡ। ਸੋ ਇਹ ਸਭ ਸੋਚਾਂ ਦੇ ਵਿੱਚ ਮੈਂ ਆਈ ਗਰੂ ਅਪ, ਬਟ ਵੈਨ ਆਈ ਆਮ ਲਿਸਨਿੰਗ ਟੂ ਯੂ ਟੂਡੇ ਮੇਕ ਮੀ ਰਿਅਲਾਈਜ਼ ਮਾਈ ਗੋਡ ਇਟਸ ਜਸਟ ਦ ਵੇ ਪੀਪਲ ਥਿੰਕ, ਯੂ ਨੋ ਐਂਡ ਪੀਪਲ ਸੇ ਪੁਰਾਣਾ ਸਮਾਂ ਚੰਗਾ ਸੀ ਹੁਣ ਨਹੀਂ ਚੰਗਾ, ਮੈਂ ਹੈਡ ਉਹ ਸਹੀ, ਐਵਰੀ ਸਮਾਂ ਗੋਡ ਇਜ਼ ਗੁੱਡ ਐਂਡ ਬੈਡ। ਐਂਡ ਆਈ ਥਿੰਕ ਗੁਰੂ ਨਾਨਕ ਡਿਡ ਅ ਵੰਡਰਫੁਲ ਥਿੰਗ ਬਿਕੋਜ਼ ਵੈਨ ਹੀ ਵੈਂਟ ਆਊਟ ਦੇਅਰ ਟੂ ਗਿਵ ਅਵੇਅਰਨੈਸ ਟੂ ਪੀਪਲ ਕਿ ਇਹ ਸਭ ਕੁਛ ਇਜ਼ ਓਨਲੀ ਥਿੰਕਿੰਗ ਆਫ ਦ ਪੀਪਲ, ਇਜ਼ ਦੇਅਰ ਮਾਈਂਡ ਸੈਟ ਦੈਟ ਮਸਟ ਚੇਂਜ। ਇਹ ਨਹੀਂ ਕਿ ਯੂ ਨੋ ਇਟਸ ਬਿਕੋਜ਼ ਆਫ ਦ ਸਮਾਂ ਦੈਟ ਮੀਨਸ ਯੂ ਮਸਟ ਡੂ ਦਿਸ ਔਰ ਯੂ ਕੈਨੋਟ ਡੂ ਦਿਸ, ਯੂ ਨੋ ਸੋ ਇਟਸ ਯੋਰ ਥਿੰਕਿੰਗ ਐਂਡ ਹਾਊ ਯੂ ਵਿਲ ਕੰਟਰੋਲ ਯੋਰ ਲਾਈਫ ਐਂਡ ਬੀ ਗੋਡ ਸੈਂਟਰਡ ਬਿਕੋਜ਼ ਵਟ ਐਵਰ ਸੇਡ ਐਂਡ ਡਨ ਵੀ ਮਸਟ ਹੈਵ ਯੂ ਨੋ the you know santokh and the, you know man vich vaheguru da naam japna all this because that is our direction and it will ground us, so that's so important. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰਮੀਤ ਭੈਣ ਜੀ ਬਿਲਕੁਲ ਜੀ, ਕਿਉਂਕਿ ਸਮਾਜ ਜਿਹੜਾ ਆ ਉਹ ਚੰਗਾ ਤੇ ਬੁਰਾ ਜਿਹੜਾ ਬਣਾਉਣਾ ਆ ਉਹ ਮਨੁੱਖ ਦੇ ਹੱਥ ਵਿੱਚ ਆ। ਕਿਉਂਕਿ ਮਨੁੱਖ ਹੀ ਜਿਹੜਾ ਆ ਕਲਯੁਗ ਪੈਦਾ ਕਰਦਾ ਆ, ਮਨੁੱਖ ਦੀ ਸੋਚ ਹੀ ਉਹਨੂੰ ਸਤਯੁਗ ਵਿੱਚ ਲਿਜਾਂਦੀ ਆ। ਕਿਉਂਕਿ ਇਹ ਸਾਰਾ ਸਾਰੇ ਦਿਨ ਸਾਰੀਆਂ ਘੜੀਆਂ ਸਾਰੇ ਪਲ ਸਾਰੇ ਮੂਵਮੈਂਟ ਆਉਣ ਵਾਲਾ ਸਮਾਂ ਵੀ ਜਿਹੜਾ ਆ ਉਹ ਮਨੁੱਖ ਦੇ ਹੱਥ ਵਿੱਚ ਆ, ਭਾਵ ਕਿ ਮਨੁੱਖ ਨੂੰ ਪਤਾ ਆ। ਠੀਕ ਹੈ, ਅਸੀਂ ਕੁਝ ਚੀਜ਼ਾਂ ਸਾਡੇ ਤੇ ਮਤਲਬ ਕਿ ਦੁੱਖ ਹੁੰਦੇ ਆ ਸੁੱਖ ਹੁੰਦੇ ਆ ਉਹ ਵੀ ਹੁਕਮ ਦੇ ਵਿੱਚ ਸਾਰਾ ਕੁਛ ਅਸੀਂ ਉਹਨੂੰ ਮੰਨਦੇ ਹਾਂ। ਠੀਕ ਹੈ, ਅਸੀਂ ਉਹਨੂੰ ਆਖੀਏ ਵੀ ਕਲਯੁਗ ਆ ਗਿਆ, ਨਹੀਂ ਇਹ ਕਿਸੇ ਤੇ ਨਹੀਂ ਆਏ। ਅੱਜ ਤੋਂ 500 ਸਾਲ ਪਹਿਲਾਂ ਦੇਖੀਏ, ਸਾਡੇ ਕੋਲ 500 ਸਾਲ ਦਾ ਲਿਖਤੀ ਇਤਿਹਾਸ ਸਾਡੇ ਕੋਲ ਹੈ, ਗੁਰੂ ਪਾਤਸ਼ਾਹ ਦੇ ਜੀਵਨ ਸਾਡੇ ਕੋਲ ਨੇ, ਕਿ ਉਸ ਸਮੇਂ ਨੂੰ ਅਸੀਂ ਕਲਯੁਗ ਆਖਾਂਗੇ? ਗੁਰੂ ਪਾਤਸ਼ਾਹ ਦੇ ਸਮਾਂ ਉਹ ਕਹਿੰਦੇ ਸਾਹਿਬ ਮੇਰਾ ਨੀਤਨਵਾ,
ਪਰਮਾਤਮਾ ਦਾ ਹਰ ਰੋਜ਼ ਨਵਾਂ ਹੈ। ਜੇਕਰ ਕਲਯੁਗ ਹੈ ਤਾਂ ਫਿਰ ਉਸ ਸਮੇਂ ਅੱਜ ਤੋਂ 550 ਸਾਲ ਪਹਿਲਾਂ ਵੀ ਤਾਂ ਗੁਰੂ ਪਾਤਸ਼ਾਹ ਜੀ ਸਾਡੇ ਕੋਲ ਹੋਏ ਸੀ, ਉਸ ਸਮੇਂ ਵੀ ਤਾਂ ਕਲਯੁਗ ਸੀ ਜਾਂ ਉਸ ਸਮੇਂ ਵੀ ਸਤਯੁਗ ਸੀ। ਗੁਰੂ ਪਾਤਸ਼ਾਹ ਜੀ ਨੇ ਸਿਰਫ ਸਮਝਾਇਆ ਕਿ ਮਨੁੱਖ ਤੇਰੀ ਸੋਚ ਜਿਹੜੀ ਆ ਉਹੀ ਤੈਨੂੰ ਜਿਹੜੀ ਆ ਕਲਯੁਗ ਬਣਾਉਂਦੀ ਹੈ, ਤੇਰੀ ਸੋਚ ਹੀ ਤੈਨੂੰ ਚੰਗਾ ਤੇ ਤੈਨੂੰ ਬੁਰਾ ਸਮਾਂ ਦੱਸਦੀ ਹੈ। ਥੈਂਕ ਯੂ ਗੁਰਮੀਤ ਭੈਣ ਜੀ, ਥੈਂਕ ਯੂ ਜੀ। ਅਨੀਤਾ ਭੈਣ ਜੀ ਤੁਸੀਂ ਵੀ ਪਲੀਜ਼ ਅਨਮਿਊਟ ਕਰੋ ਜੀ। Explanation. Thank you. Thank you, Benji. Thank you, Ji. Thank you very much, Nita Benji. Yeah. Manjit Benji, to see, please unmute Guru Manjit Korji. Anji, Vaiguru Ji ka Khalsa, Vaiguru Ji ki Fateh. Vaiguru Ji ka Khalsa, Vaiguru Ji ki Fateh, Benji. To see, what beautifully explained kita hai. Te menu ho to ki agagi akha jiva visre mar jao. ਵਾਹਿਗੁਰੂ ਜੀ ਵੈਰੀ ਗੁਡ 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 ਜੀ ਵੈਰੀ ਗੁਡ
बिल्कुल बिल्कुल सब सब ठीक है अपनी आप भी सोच यू नो गलती है जी बहन जी बिल्कुल जी जी थैंक यू मनजीत बहन जी थैंक यू बिल्कुल जी ओके आज दा जिहड़ा साडा मैसेज भी इहो आ ओके असी कलयुग जिहड़ा आ अपनी लाइफ नू अपने थॉट नू जिहड़ा बनाउणा आ ओह असी गुरु पातशाह जी दी बाणी तों अगवाई लईए कि इह समां जिहड़ा आ इह कदे नहीं आया ना हमेशा ही एक कदे रहा है कि हमेशा चंगा समा रहा हो ना यही रहा कि कदे बुरा रहा हो क्योंकि जेकर असी मतलब के उन्हां दी गल करदे आ रावण जी की गल करदे आ उन्हां दे नाल राम भी ने कंस जी की गल करदे आ उन्हां नाल कृष्ण जी भी ने गुरु नानक पातशाह जी की गल करदे नाल बाबर भी तो है सारे मतलब का समा जे असी कहीए इको जिहा हमेशा रहा हो चंगा ही रहा हो नहीं सतसंग जी ये समा जिहड़ा आ इसे तरह ही चलता है बस मनुख ने अपने आप तय करना है कि उन्हें की करना है उन्हें अपने समय नू चंगा बनाना या बुरा बनाना या ये मनुख दे उत्ते जड़ा या निर्भर करता है थैंक यू सतसंग जी थैंक यू वेरी मच जी ते हुण असी आप जी नू नैक्सट लैक्चर विच मिलांगे जी ते ट्यूजडे उपिंदर वीर जी की क्लास होवेगी ते आप जी का बहुत बहुत धन्यवाद है जी हुण मैं अनम्यूट करांगा आप सब नू तुसी अपनी तरफ तो अपने पासे तो अनम्यूट करके असी संगती रूप च फते बुलावांगे सारे सत्संग जी वाहिगुरु जी का खालसा वाहिगुरु जी की फतेह वाहिगुरु जी की फतेह थैंक यू जी थैंक यू वेरी मच जी थैंक यू बहन जी थैंक यू जी